ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਕਲਾ ਸਮਰੱਥ ਦੀਨ ਦੁਨੀਆ ਦੇ ਵਾਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਬੜੇ ਹੀ ਆਦਰ ਸਹਿਤ ਆਪ ਜੀ ਜੁੜ ਬੈਠੇ ਹੋ। ਜਿੰਨਾ ਵੀ ਸਮਾਂ ਸਤਿਗੁਰਾਂ ਦੀ ਦਇਆ ਦ੍ਰਿਸ਼ਟੀ ਦੁਆਰਾ ਪ੍ਰਾਪਤ ਹੋ ਰਿਹਾ ਹੈ, ਇਹਨੂੰ ਸਫਲਾ ਬਣਾਉਣ ਦਾ ਯਤਨ ਕਰੀਏ। ਪਾਵਨ ਪ੍ਰਸੰਗਾਂ ਦੇ ਵਿੱਚੋਂ ਆਪ ਜੀ ਨੇ ਸਰਵਣ ਕੀਤਾ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਸਹਿਜ ਸੁਭਾਅ ਸੰਗਤਾਂ ਦੇ ਵਿੱਚ ਬੈਠੇ ਨੇ, ਹੁਕਮ ਕੀਤਾ ਚਾਰੇ ਪਾਸੇ ਤਨਾਤ ਤਾਣੀ ਜਾਵੇ, ਹੁਕਮ ਮੰਨਿਆ ਗੁਰਸਿੱਖਾਂ ਨੇ, ਤਨਾਤ ਦਾ ਪਰਦਾ ਕੀਤਾ। ਕੁਛ ਪਲਾਂ ਦੇ ਵਿੱਚ ਹੀ ਸਤਿਗੁਰਾਂ ਨੇ ਵਛਾਏ ਹੋਏ ਦੱਬ ਦੇ ਆਸਣ 'ਤੇ ਲੰਮਿਆਂ ਪੈ ਚਾਦਰ ਲੈ ਕੇ ਸਰੀਰ ਅਤੇ ਸਾਹਾਂ ਨੂੰ ਵੱਖ ਕਰ ਲਿਆ। ਪਲਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਸੱਚਖੰਡ ਆਣ ਵਰਾਜੇ, ਸੰਗਤਾਂ ਦੇ ਵਿੱਚ ਹਾਹਾਕਾਰ ਮੱਚੀ ਹੈ। ਜਦੋਂ ਇਸ ਗੱਲ ਦਾ ਪਤਾ ਲੱਗਿਆ ਗੁਰਦੇਵ ਤਨ ਦਾ ਪਰਿਤਿਆਗ ਕਰ ਗਏ ਨੇ, ਵੈਰਾਗ ਵਿੱਚ ਸੰਗਤਾਂ ਰੋਈਆਂ ਭੁੱਬਾਂ ਮਾਰਦੀਆਂ ਨੇ, ਇਸੇ ਘਟਨਾ ਦੇ ਦੌਰਾਨ ਇੱਕ ਕਾਫਲਾ ਆਇਆ ਮੁਸਲਮਾਨ ਪਠਾਣਾਂ ਦਾ, ਜਿਨ੍ਹਾਂ ਦੇ ਮਨ ਦੇ ਵਿੱਚ ਭਾਵਨਾ ਹੈ ਗੁਰੂ ਨਾਨਕ ਸਾਹਿਬ ਜੀਆਂ ਦੇ ਦੀਦਾਰ ਕਰਨੇ ਅਤੇ ਬਚਨ ਸੁਣਨੇ। ਇਹਨਾਂ ਸਾਰੇ ਪ੍ਰਕਰਨਾਂ ਨੂੰ ਵਿਸਥਾਰ ਸਹਿਤ ਆਪ ਜੀ ਨੇ ਸਰਵਣ ਕੀਤਾ। ਆਓ ਕੁਝ ਸਮਾਂ ਮਨ ਬਿਰਤੀਆਂ ਨੂੰ ਏਕਾਗਰ ਚਿੱਤ ਬਣਾਈਏ, ਪ੍ਰੇਮ ਦੀ ਸਾਂਝ ਪਾਓ, ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇਤਨੇ ਮਹਿ ਪਠਾਨ ਤਹਿ ਆਏ, ਦਰਸ ਕਰਨਾ ਹਿਰਦੇ ਲਲਚਾਏ।
ਜਦੋਂ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਨਿਰੰਕਾਰ ਸਰੂਪ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਨੇ ਸਰੀਰਕ ਚੋਲਾ ਤਿਆਗ ਦਿੱਤਾ, ਇੱਕ ਪਲ ਇੱਕ ਛਿਨ ਵਿੱਚ ਸਤਿਗੁਰਾਂ ਨੇ ਇੱਕ ਨਾਥ ਦੇ ਓਹਲੇ ਆਪਣੇ ਆਪ ਨੂੰ ਜੱਗ ਤੋਂ ਓਹਲੇ ਕਰ ਲਿਆ। ਸੰਗਤਾਂ ਰੋਈਆਂ, ਬੜਾ ਵਰਾਗ ਕੀਤਾ। ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ ਅਤੇ ਬਾਬਾ ਬੁੱਢਾ ਜੀ ਸੰਗਤਾਂ ਨੂੰ ਸਮਝਾ ਰਹੇ ਨੇ, ਭਾਈ ਪਰਮੇਸ਼ਰ ਦਾ ਨਾਮ ਜਪੋ, ਵੈਰਾਗ ਨਾ ਕਰੋ। ਇਸੇ ਵਕਤ ਦੌਰਾਨ ਮੁਸਲਮਾਨ ਪਠਾਣਾ ਦਾ ਇੱਕ ਕਾਫਲਾ ਕਰਤਾਰਪੁਰ ਸਾਹਿਬ ਪੁੱਜਿਆ ਹੈ। ਸੋਹਣੀਆਂ ਕਿਰਪਾਨਾਂ ਪਾਈਆਂ ਨੇ, ਮੋਢਿਆਂ 'ਤੇ ਢਾਲਾਂ ਬੰਨੀਆਂ, ਜੁਝਾਰੂ ਯੋਧੇ ਨੇ। ਜਦੋਂ ਇਸ ਸਰਜਮੀ 'ਤੇ ਪਹੁੰਚੇ ਨੇ, ਵੇਖਿਆ ਇੱਥੇ ਤਾਂ ਹਾਹਾਕਾਰ ਮੱਚੀ ਹੈ। ਰੋ ਰਹੇ ਨੇ ਸਿੱਖ, ਰੋਂਦੀਆਂ ਨੇ ਸੰਗਤਾਂ। ਗੁਰੂ ਨਾਨਕ ਸਾਹਿਬ ਮਹਾਰਾਜ ਖੇਡ ਵਰਤਾ ਗਏ ਨੇ, ਭਾਣਾ ਵਾਪਰ ਚੁੱਕੇ। ਪਠਾਣਾ ਦਾ ਮਨ ਬੜਾ ਵੈਰਾਗੀ ਹੋਇਆ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਦੀਦਾਰਾਂ ਦੀ ਚਾਹਤ ਸੀ ਮਨ ਵਿੱਚ। ਮਨ ਕੀ ਮਨ ਹੀ ਮਾਹੇ ਰਹੀ, ਦਿਲ ਦੀਆਂ ਦਿਲ 'ਚ ਰਹਿ ਗਈਆਂ। ਇੱਛਾ ਸੀ ਗੁਰੂ ਬਾਬਾ ਜੀ ਦੇ ਅੰਤਮ ਸਮੇਂ ਦੇ ਦੀਦਾਰ ਅਤੇ ਬਚਨ ਸੁਣਾਂਗੇ, ਕੀ ਹੋਇਆ ਜੇ ਮੁਸਲਮਾਨ। ਗੁਰੂ ਬਾਬਾ ਜੀ ਤਾਂ ਸਾਰਿਆਂ ਦੇ ਸਾਂਝੇ ਆ, ਧਰਮਾਂ ਦੀਆਂ ਗੱਲਾਂ ਤਾਂ ਬਹੁਤ ਛੋਟੀਆਂ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਮਨੁੱਖਤਾ ਦੇ ਦਾਤੇ ਨੇ। ਧਰਮੀ ਹੋਵੇ ਭਾਵੇਂ ਕੋਈ ਪਾਪੀ ਹੋਵੇ, ਉਹ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਸੀਸ ਨਵਾਉਂਦਾ। ਕੋਈ ਵੈਰ ਵਿਰੋਧ ਨਹੀਂ ਕਿਸੇ ਨਾਲ, ਕਿਸੇ ਨੂੰ ਵੱਡਾ ਛੋਟਾ ਸਤਿਗੁਰਾਂ ਨੇ ਸਾਰੇ ਜੀਵਨ ਨਹੀਂ ਆਖਿਆ, ਇੱਕ ਅਕਾਲ ਪੁਰਖ ਦੇ ਨਾਮ ਦਾ ਛੱਟਾ ਦਿੱਤਾ। ਜਦੋਂ ਇਹਨਾਂ ਪਠਾਣਾਂ ਦਾ ਰੂਪ ਰੰਗ ਵੇਖਿਆ, ਇਹ ਅਫਗਾਨੀ ਲੋਕ ਲੱਗਦੇ ਆ। ਆਉਣ ਵਿੱਚ ਵੀ ਦੇਰੀ ਇਸੇ ਕਰਕੇ ਹੋ ਗਈ ਕਿਉਂਕਿ ਦੂਰੋਂ ਆਏ ਆ। ਔਖੇ ਸੁਖਾਲੇ ਸੰਗਤਾਂ ਦੇ ਇਸ ਇਕੱਠ ਨੂੰ ਚੀਰ ਕੇ ਅੱਗੇ ਆਏ, ਕਿਉਂਕਿ ਲੱਖਾਂ ਦੀ ਭੀੜ ਬੈਠੀ ਆ ਅਤੇ ਲੱਖਾਂ ਹੀ ਖੜ੍ਹੇ ਆ। 10 ਲੱਖ ਦਾ ਇਕੱਠ ਦੱਸਿਆ ਜਾਂਦਾ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੋਤੀ ਜੋਤ ਸਮਾਏ, ਜਿਹ 'ਚ ਹਿੰਦੂ, ਸਿੱਖ, ਮੁਸਲਮਾਨ, ਜੈਨੀ, ਬੋਧੀ, ਹੋਰ ਫਿਰਕਿਆਂ ਦੇ ਮਜ਼ਹਬਾਂ ਦੇ ਲੋਕ, ਯੋਗੀ, ਜੰਗਮ, ਜਤੀ, ਸੰਨਿਆਸੀ, ਬ੍ਰਹਮਚਾਰੀ, ਕਿਹਦਾ ਕਿਹਦਾ ਜ਼ਿਕਰ ਕੀਤਾ। ਹੁਣ ਇੱਛਾ ਸੀ ਤੀਬਰਤਾ ਵਾਲੀ, ਸੰਗਤਾਂ ਨੂੰ ਚੀਰਦੇ ਹੋਏ, ਲੰਘਦੇ ਹੋਏ ਜਿੱਥੇ ਕਨਾਤ ਲੱਗੀ ਸੀ ਉੱਥੇ ਆਏ। ਸੇਵਾਦਾਰ ਸਿੱਖਾਂ ਨੇ ਵੇਖਿਆ ਵੀ ਬੰਦੇ ਉਪਰੇ ਨੇ, ਬਾਹਰੋਂ ਆਏ ਆ, ਹੈ ਤਾਂ ਸੇਵਾਦਾਰ ਹੀ ਆ, ਗੁਰੂ ਘਰ ਦੇ ਸ਼ਰਧਾਲੂ ਨੇ, ਪਰ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ ਸੰਗਤ ਵੀ ਅੰਦਰ ਨਾ ਆਵੇ ਇਸ ਕਾ ਤੰਬੂ ਦੇ ਕਨਾਤ ਦੇ। ਸੇਵਾਦਾਰਾਂ ਨੇ ਦੂਰੋਂ ਰੁਕਣ ਦਾ ਇਸ਼ਾਰਾ ਕੀਤਾ, ਪਠਾਣ ਰੁਕ ਗਏ ਨੇ। ਸ਼ਸਤਰਨ ਯੁਗਤ ਸੁਮਨ ਜਨੇਰੇ ਸੁਤੇ ਨੁਰੀਦ ਗੁਰੂ
ਪਗ ਕਿਰੇ। ਸਿੱਖਾਂ ਨੇ ਰੋਕ ਕੇ ਪੁੱਛਿਆ ਤੌਣ ਉੱਤੇ ਕਿੱਥੇ ਚੱਲੇ ਹੋ? ਕਹਿੰਦੇ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਮੁਰੀਦ ਹਾਂ, ਬਾਬਾ ਗੁਰੂ ਨਾਨਕ ਸਾਹਿਬ ਦੇ ਸੇਵਕ ਹਾਂ ਸੀ। ਇਹੀ ਖੂਬਸੂਰਤੀ ਗੁਰੂ ਨਾਨਕ ਪਾਤਸ਼ਾਹ। ਜੇ ਅਰਬ ਦੇਸ਼ਾਂ ਦਾ ਦੌਰਾ ਸਤਿਗੁਰਾਂ ਨੇ ਕੀਤਾ, ਮੁਸਲਿਮ ਕੰਟਰੀਜ਼ ਵਿੱਚ ਗਏ, ਉਹ ਭਾਵੇਂ ਸਾਰੇ ਦਾ ਸਾਰਾ ਅਫਰੀਕਾ ਦਾ ਕੌਂਟੀਨੈਂਟ ਹੋਵੇ, ਮਿਸ਼ਰ ਦਾ ਇਲਾਕਾ ਹੋਵੇ, ਆਬੂ ਧਾਬੀ ਤੋਂ ਲੈ ਕੇ ਜਿੰਨੇ ਸਾਊਦੀ ਦੇ ਅਰਬ ਦੇ ਮੁਲਕ, ਇਹਨਾਂ ਸਾਰਿਆਂ 'ਚ ਗੁਰੂ ਪਾਤਸ਼ਾਹ ਗਏ। ਲਿਬਾਸ ਵੱਖਰਾ ਸੀ, ਆਪ ਜੀ ਨੇ ਸੁਣਿਆ ਸਾਰਾ, ਸਭ ਨੂੰ ਅੱਲਾ ਖੁਦਾ ਦੇ ਨਾਮ ਨਾਲ ਜੋੜਿਆ, ਕੋਈ ਵਿਤਕਰਾ ਨਹੀਂ, ਕਿਸੇ ਧਰਮ ਦਾ ਪੱਖ ਨਹੀਂ, ਕਿਸੇ ਦਾ ਵਿਰੋਧ ਨਹੀਂ, ਧਰਮਾਂ ਤੋਂ ਉੱਚੀਆਂ ਗੱਲਾਂ ਸੀ ਗੁਰੂ ਨਾਨਕ ਸਾਹਿਬ। ਅਸੀਂ ਤਾਂ ਧਰਮਾਂ ਦੇ ਰੌਲਿਆਂ 'ਚ ਗੁਰੂ ਸਾਹਿਬ ਨੂੰ ਉਲਝਾ ਲੈਂਦੇ ਹਾਂ ਨਾ, ਵੀ ਗੁਰੂ ਨਾਨਕ ਸਾਹਿਬ ਜੀ ਨੇ ਆਹ ਕਹਿਤਾ, ਸਤਿਗੁਰਾਂ ਨੇ ਆਹ ਕਹਿਤਾ। ਨਹੀਂ, ਉਹ ਬਿਸਮਾਦੀ ਰੰਗ ਦੇ ਰੰਗੇ ਸੀ। ਜਦ ਕੋਈ ਧਰਮਾਂ ਤੋਂ ਉੱਚਾ ਉੱਠ ਕੇ ਅਵਸਥਾ ਕਰਕੇ ਗੁਰੂ ਨਾਨਕ ਸਾਹਿਬ ਦੇ ਲੜ ਲੱਗਦਾ ਸੀ, ਉਹ ਭਾਵੇਂ ਕੋਈ ਮੁਸਲਮਾਨ ਹੋਵੇ, ਬਗਦਾਦ ਦੇ ਪੀਰ ਹੋਣ ਭਾਵੇ, ਚੁੱਪ। ਮੱਕੇ ਦਾ ਕਾਜੀ ਹੋਵੇ ਭਾਵੇ, ਉੱਥੋਂ ਦਾ ਸੇਵਾਦਾਰ ਭਾਈ ਜੀਵਨ, ਉਹ ਵੀ ਗੁਰੂ ਚਰਨਾਂ 'ਚ ਝੁਕਦੇ ਕਿਉਂ ਸੀ? ਇਸੇ ਕਰਕੇ ਵੀ ਇਹਨਾਂ ਦੀਆਂ ਗੱਲਾਂ ਬਹੁਤ ਉੱਚੀਆਂ ਸੀ, ਹਰ ਬੰਦੇ ਦੀ ਸਮਝ 'ਚ ਨਹੀਂ ਸੀ ਆਉਂਦੀ, ਅਤੇ ਜਿਹਦੀ ਸਮਝ ਵਿੱਚ ਆ ਗਈਆਂ ਉਹ ਈਰਖਾ ਦੁਵੈਸ਼ਤਾ ਦੁਬਦਾ ਵੈਰ ਵਿਰੋਧ ਛੱਡ ਹੀ ਦਿੰਦਾ ਸੀ। ਅੱਜ ਆਪਾਂ ਸਿੱਖ ਹਾਂ, ਸਾਨੂੰ ਸਿੱਖ ਹੋਣ 'ਤੇ ਮਾਣ ਆ ਅਤੇ ਹੋਣਾ ਵੀ ਚਾਹੀਦਾ। ਗੁਰੂ ਨਾਨਕ ਸਾਹਿਬ ਦੇ ਅਸੀਂ ਆਪਣੇ ਆਪ ਨੂੰ ਪੈਰੋਕਾਰ ਮੰਨਦੇ ਹਾਂ ਕਿ ਸਾਡੇ 'ਚ ਉਹ ਚੀਜ਼ਾਂ ਚਲੀਆਂ ਗਈਆਂ, ਸਾੜਾ ਸਾਡੇ 'ਚ ਕੁੱਟ ਕੁੱਟ ਭਰਿਆ, ਈਰਖਾ ਸਾਡੇ 'ਚ ਸਭ ਤੋਂ ਜ਼ਿਆਦਾ ਕਿਰਪਾ। ਪੰਜਾਬੀ ਪੰਜਾਬੀ ਨੂੰ ਵੇਖ ਬਰਦਾਸ਼ਤ ਹੀ ਨਹੀਂ ਕਰ ਸਕਦਾ, ਦੂਜੇ ਤੀਜੇ ਦੀ ਤਾਂ ਗੱਲ ਹੀ ਛੱਡੋ। ਹੰਕਾਰ ਸਾਡਾ ਚੌਥੇ ਚਰਮ 'ਤੇ ਚੜ੍ਹਿਆ ਹੋਇਆ, ਲੋਭ ਸਾਡੇ ਜਿੰਨਾ ਕਿਸੇ 'ਚ ਹੋ ਨਹੀਂ ਸਕਦਾ। ਹਉਮੈ ਉਹ ਵੀ ਅਸੀਂ ਦੁਨੀਆ ਨੂੰ ਪਛਾੜ ਗਏ, ਕ੍ਰੋਧ ਸਾਡੇ ਜੈਸਾ ਕਿਸੇ ਵਿੱਚ ਨਹੀਂ ਹੈ। ਗੁਰੂ ਨਾਨਕ ਦੇ ਘਰ ਦੇ ਪੈਰੋਕਾਰਾਂ ਦੇ ਵਿੱਚ ਹੀ ਅਵਗਣ ਹੋਣ, ਇਹਦਾ ਮਤਲਬ ਅਸੀਂ ਅਜੇ ਗੁਰੂ ਕੇ ਸਿੱਖ ਹੋਏ ਹੀ ਨਹੀਂ। ਆਖੋ ਸਤਨਾਮ। ਗੁਰੂ ਨਾਨਕ ਦੇ ਘਰ ਦੇ ਮੁਰੀਦ ਮੁਸਲਮਾਨ, ਔਗਣ ਤੀ ਉਹਨਾਂ ਵਿੱਚ। ਇਸੇ ਕਰਕੇ ਸਾਰਿਆਂ ਨੂੰ ਸਾਂਝਾ ਉਪਦੇਸ਼ ਸੀ, ਭਾਵੇਂ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਬੋਧੀ ਹੈ, ਜੈਨੀ ਹੈ, ਸਭ ਚਰਨ ਫੜਦੇ ਸੀ ਗੁਰੂ ਨਾਨਕ ਪਾਤਸ਼ਾਹ ਦੇ, ਕਿਉਂਕਿ ਉਹ ਨਿਰੰਕਾਰ ਦੀ ਗੱਲ ਕਰਦੇ, ਆਪ ਨਿਰੰਕਾਰ। ਸਿੱਖਾਂ ਨੂੰ ਆਖਣ ਲੱਗੇ, ਕਹਿੰਦੇ ਅਸੀਂ ਬੇਸ਼ੱਕ ਮੁਸਲਮਾਨ ਹਾਂ, ਸਾਡੀ ਜਾਤ ਮੁਸਲਮਾਨਾਂ ਵਾਲੀ ਹੈ, ਪਰ ਅਸੀਂ ਜਿਸ ਦਿਨ ਤੋਂ ਗੁਰੂ ਨਾਨਕ ਸਾਹਿਬ ਨੂੰ ਮਿਲੇ, ਜਿਸ ਦਿਨ ਤੋਂ ਉਹਨਾਂ ਨਾਲ ਜੁੜੇ, ਸਾਡਾ ਤੇ ਅੱਲਾ ਵੀ ਉਹ ਅਤੇ ਸਾਡਾ ਤੇ ਮੱਕਾ ਵੀ ਉਹ। ਆਖੋ ਸਤਨਾਮ। ਖੁਦਾ ਹੀ ਉਹ ਹੈ ਸਾਡੇ ਮੁਰੀਦ ਹਾਂ ਅਸੀਂ ਗੁਰੂ ਨਾਨਕ ਪਾਤਸ਼ਾਹ। ਦਰਸ਼ਨ ਕਰਨ ਆਏ ਹਾਂ, ਦੂਰੋਂ ਆਏ ਹਾਂ, ਸਾਨੂੰ ਇਸ ਗੱਲ ਦਾ ਪਤਾ ਲੱਗਾ ਸੀ ਵੀ ਗੁਰੂ ਪਾਤਸ਼ਾਹ ਤਨ ਦਾ ਪਰਿਤਿਆਗ ਕਰ ਰਹੇ, ਪਹੁੰਚੇ ਮੁਸਲਮਾਨ ਸੀ ਚੜ੍ਹਦੀ ਕਲਾ ਅਵਸਥਾ ਵਾਲੇ, ਅਤੇ ਨਾਲ ਪਠਾਣ ਆਏ ਹੋਏ ਆ, ਕੁਝ ਫਕੀਰ ਆਏ ਨੇ ਇਸਲਾਮ ਦੇ। ਸਿੱਖਾਂ ਨੇ ਆਖਿਆ ਤੁਹਾਡਾ ਸਤਿਕਾਰ ਹੈ ਜੀ ਆਇਆਂ ਨੂੰ, ਸਾਡੇ ਅੰਦਰ ਕੋਈ ਵੈਰ ਵਿਰੋਧ ਨਹੀਂ, ਵੀ ਜੇ ਤੁਸੀਂ ਮੁਸਲਮਾਨ ਹੋ ਤਾਂ ਸਾਨੂੰ ਤਾਂ ਸਣ ਕੱਪੜੀ ਅੱਗ ਲੱਗ ਗਈ, ਵੀ ਮੁਸਲਮਾਨ ਗੁਰਦੁਆਰੇ ਕਿਉਂ ਆ ਗਏ, ਹਿੰਦੂ ਸੇਵਾ ਕਿਉਂ ਕਰਦੇ ਆ, ਸਾਡਾ ਤਾਂ ਹਾਲ ਅੱਜ ਇੰਨਾ ਮਾੜਾ ਹੋਇਆ ਪਿਆ।
ਗੁਰੂ ਨਾਨਕ ਸਾਹਿਬ ਮਹਾਰਾਜ ਦਾ ਘਰ ਮਨੁੱਖਤਾ ਦਾ ਘਰ ਹੈ। ਇਸ ਘਰ ਵਿੱਚ ਕਿਸੇ ਦੀ ਜਾਤ ਨਹੀਂ ਵੇਖੀ ਜਾਂਦੀ, ਕਿਸੇ ਦਾ ਧਰਮ, ਕਿਸੇ ਦਾ ਮਜ਼ਹਬ, ਕਿਸੇ ਦਾ ਤਖਤ, ਕਿਸੇ ਦੀ ਗਰੀਬੀ ਕੁਛ ਨਹੀਂ ਵੇਖਿਆ ਜਾਂਦਾ, ਸਾਰੇ ਇੱਕ ਸਮਾਨ ਨੇ। ਬੇਸ਼ੱਕ ਇਹ ਗੱਲਾਂ ਅੱਜ ਕਹਿਣ ਨੂੰ ਸੋਹਣੀਆਂ ਲੱਗਦੀਆਂ ਨੇ, ਪਰ ਮਾਫ਼ ਕਰਿਓ, ਹਕੀਕਤ ਵਿੱਚ ਨਜ਼ਰ ਕਿਤੇ ਵੀ ਨਹੀਂ ਆਉਂਦੀ। ਗੁਰੂ ਵੱਲੋਂ ਕਸਰ ਨਹੀਂ ਹੈ, ਅਸੀਂ ਜਿਹੜੇ ਮਸੰਦ ਬੜੇ ਫਿਰਦੇ ਹਨ, ਸਾਡੇ ਜੀਵਨ 'ਚ ਹੈ ਹੀ ਕੁਛ ਸਿਵਾਏ ਉਗਣਾ। ਕਰਤਾਰਪੁਰ ਸਾਹਿਬ ਸਿੱਖ ਆਖਣ ਲੱਗੇ, ਵੇਖੋ ਮਹਾਂਪੁਰਖੋ ਜੀ ਆਇਆ, ਤੁਸੀਂ ਦੂਰੋਂ ਚੱਲ ਕੇ ਆਏ ਹੋ, ਸਾਨੂੰ ਵੀ ਬੇਹੱਦ ਅਫਸੋਸ ਹੈ ਵੀ ਤੁਸੀਂ ਗੁਰੂ ਪਾਤਸ਼ਾਹ ਦੇ ਦੀਦਾਰ ਨਹੀਂ ਕਰ ਸਕਦੇ। ਜਦੋਂ ਸਿੱਖਾਂ ਨੇ ਸ਼ਬਦ ਆਖ ਕੇ ਵੀ ਸਾਨੂੰ ਅਫਸੋਸ ਹੈ, ਇਹਦੇ ਮੁਰੀਦਾਂ ਦਾ ਮਨ ਡੁੱਲ ਪਿਆ ਜੀ, ਮੁਸਲਮਾਨਾਂ ਦੀਆਂ ਅੱਖਾਂ ਭਰ ਆਈਆਂ, ਇਹਦਾ ਮਤਲਬ ਅਫਸੋਸ ਤੋਂ ਭਾਵ ਵੀ ਹੁਣ ਦਰਸ਼ਨ ਨਹੀਂ ਹੋਣ। ਇਹ ਤਾਂ ਜਵਾਬ ਆ ਨਾ ਫਿਰ ਵੀ ਪੱਲੇ 'ਤੇ ਸਾਡੇ ਪਛਤਾਵਾ ਹੀ ਰਹਿਣਾ। ਕੁਝ ਤਲਖੀ ਹੋਈ ਦੋਨੇ ਤਰਫਾਂ 'ਚ ਹੋ ਜਾਂਦੀਆਂ ਸੁਭਾਵਿਕ ਗੱਲਾਂ। ਗੁਰੂ ਦੀ ਪ੍ਰੀਤ ਵਿੱਚ ਨਾ ਅੱਜ ਵੀ ਸਿੱਖਾਂ ਦੀ ਤਲਖੀ ਹੋ ਜਾਂਦੀ, ਇੱਕ ਕਹਿੰਦਾ ਤੂੰ ਨਿਤਨੇ ਵੀ ਨਹੀਂ ਕਰਦਾ, ਤੂੰ ਅੱਧਾ ਆਨੰਦ ਸਾਹਿਬ ਪੜ੍ਹਦਾ, ਤੂੰ ਅੱਧੀ ਰਹਿ ਰਸ ਪੜ੍ਹਦਾ, ਪ੍ਰੇਮ ਦੋਨਾਂ 'ਚ ਹੀ ਹੁੰਦਾ। ਇੱਕ ਨੂੰ ਗਿਆਨ ਘੱਟ ਹੁੰਦਾ, ਇੱਕ ਨੂੰ ਗਿਆਨ ਦੱਸਣਾ ਹੀ ਨਹੀਂ ਆਉਂਦਾ। ਉਹ ਕਹਿੰਦਾ ਮੈਂ ਡਾਂਗ ਦੇ ਜ਼ੋਰ 'ਤੇ ਸੱਤਾਂ ਪਾਉਣੀਆਂ ਤਾਂ ਨਿਤਨੇਮ ਕਰਾ ਦੂੰ, ਇੱਕ ਕਹਿੰਦਾ ਮੇਰੀ ਮਰਜ਼ੀ। ਮਾਣ ਦੋਨਾਂ ਨੂੰ ਪਰ ਪ੍ਰੇਮ ਦੋਨਾਂ 'ਚ ਹੀ। ਮੁਸਲਮਾਨ ਕਹਿੰਦੇ ਅਸੀਂ ਕਨਾਥ ਪਾਰ ਜਾਣਾ ਚਾਹੁੰਦੇ, ਸਿੱਖ ਕਹਿੰਦੇ ਜਾ ਨਹੀਂ ਸਕਦੇ। ਇਹ ਵੀ ਮੁਸਲਮਾਨ ਪੈਰੋਕਾਰ ਨੇ ਗੁਰੂ ਨਾਨਕ ਪਾਤਸ਼ਾਹ ਦੇ, ਅਤੇ ਸਿੱਖ ਵੀ ਗੁਰੂ ਨਾਨਕ ਦੇ ਸੇਵਕ, ਫਰਕ ਤਾਂ ਹੈ ਹੀ ਕੋਈ ਨਹੀਂ। ਇੱਕੋ ਹੀ ਰੱਬ ਹੈ, ਇੱਕੋ ਹੀ ਖਸਮ ਹੈ, ਇੱਕ ਹੀ ਡਾਢਾ ਸੱਜਣ ਹੈ। ਪਰ ਦੋਨਾਂ ਵਿੱਚ ਹਲਕਾ ਜਿਹਾ ਤਕਰਾਰ ਹੋਇਆ, ਉਹ ਕਹਿੰਦੇ ਅਸੀਂ ਐਡੀ ਦੂਰੋਂ ਆਏ ਹਾਂ। ਉਹ ਆਪਣੀ ਭਾਵਨਾ ਨਾਲ ਠੀਕ ਨੇ, ਕੋਈ ਬੰਦਾ ਦੇਸ਼ੋਂ ਪਰਦੇਸੋਂ ਕਿਸੇ ਅਸਥਾਨ 'ਤੇ ਦਰਸ਼ਨ ਕਰਨ ਆਵੇ ਅਤੇ ਉੱਥੋਂ ਦੇ ਪ੍ਰਬੰਧਕ ਆਖਣ ਵੀ ਨਹੀਂ ਜੀ ਹੁਣ ਤਾਂ ਕਬਾੜ ਬੰਦ ਹੈ, 6:01 ਹੋ ਗਿਆ, ਨਹੀਂ ਜਾ ਸਕਦੇ, ਉਹ ਕਹਿੰਦਾ ਯਾਰ ਐਡੀ ਦੂਰੋਂ ਆਇਆ, 1 ਮਿੰਟ ਨਾਲ ਕੀ ਆਫਤ ਆ ਜੂਗੀ। ਗੱਲ ਤਾਂ ਕੁਛ ਵੀ ਨਹੀਂ, ਗੱਲ ਬਹੁਤ ਵੱਡੀ ਹੈ। ਮਰਿਆਦਾ ਵੀ ਕੋਈ ਚੀਜ਼ ਹੈ, ਪਰ ਪ੍ਰੇਮ ਵੀ ਕੋਈ ਚੀਜ਼ ਹੈ। ਪ੍ਰੇਮ ਅੱਗੇ ਮਰਿਆਦਾ ਨਹੀਂ, ਮਰਿਆਦਾ ਅੱਗੇ ਪ੍ਰੇਮ ਨਹੀਂ। ਅਤੇ ਜਿੱਥੇ ਪ੍ਰੇਮ ਦੀਆਂ ਖੇਡਾਂ ਆ ਜਾਣ ਉੱਥੇ ਕਿਹੜੀ ਮਰਿਆਦਾ। ਬੜੀ ਵਾਰ ਗੁਰੂ ਨੇ ਆਪਣੇ ਸਿੱਖਾਂ ਦੇ ਪ੍ਰੇਮ ਹਿੱਤ ਪ੍ਰਤੱਗਿਆ ਤੋੜੀ ਹੈ, ਭਗਤਾਂ ਲਈ ਰੱਬ ਨੇ ਤੋੜੀ ਹੈ, ਇਸੇ ਕਰਕੇ ਮਰਿਆਦਾ ਪੁਰਸ਼ੋਤਮ ਆਖਿਆ ਜਾਂਦਾ ਰੱਬ ਨੂੰ। ਬੜੀ ਵਾਰ ਉਹ ਝੁਕਿਆ ਵੀ ਹੈ ਪ੍ਰੇਮ ਦੇ ਅੱਗੇ। ਉਹ ਮੁਸਲਮਾਨ ਬੜੇ ਵਿਰਾਗ 'ਚ ਆ ਕੇ ਆਖਣ ਲੱਗੇ, ਕਹਿੰਦੇ ਸਾਡੀ ਤਾਂ ਕਿਸਮਤ ਮਾੜੀ, ਦੂਰੋਂ ਵੀ ਚੱਲ ਕੇ ਆਏ ਅਤੇ ਗੁਰੂ ਬਾਬਾ ਜੀ ਦੇ ਦੀਦਾਰ ਵੀ ਨਹੀਂ ਹੋਏ। ਸਿੱਖ ਕਹਿੰਦੇ ਜੀ ਹੁਣ ਤਾਂ ਸਤਿਗੁਰੂ ਕਿਰਪਾ ਵਰਤਾ ਗਏ, ਤੁਸੀਂ ਸੰਗਤ 'ਚ ਬਹਿ ਜਾਓ। ਪਰ ਉਹ ਮੁਸਲਮਾਨ ਵੀਰ ਗਿਣਤੀ ਵਿੱਚ ਜ਼ਿਆਦਾ ਨੇ, 100-150 ਲਾ ਲਓ, ਕਾਫਲਾ ਇੱਡਾ ਵੱਡਾ ਸੀ, ਕਈ ਇਲਾਕਿਆਂ ਤੋਂ ਇਕੱਠੇ ਹੋ ਗਏ। ਪਰ ਉਹ ਆਪਣੀ ਜਿੱਦ 'ਤੇ ਅੜੇ, ਕਹਿੰਦੇ ਨਹੀਂ, ਕਨਾਤ ਦੇ ਅੰਦਰ ਜਾਣਾ, ਸਤਿਗੁਰਾਂ ਦੇ ਦੀਦਾਰ ਕਰਨੇ ਨੇ। ਚਾਹੋ ਦਿਸ ਤਨੀ ਕਨਾਤ ਬਿਛਲਾ, ਕਿਸ ਹੂੰ ਨਾ ਦਰਸ ਹੋਤ ਤੇ ਕਲਾ। ਅੱਗੋ ਸਿੱਖ ਸੇਵਾਦਾਰਾਂ ਨੇ ਆਖਿਆ, ਜਿਨ੍ਹਾਂ ਦਾ ਪਹਿਰਾ ਬੜੀ ਸਖਤੀ ਵਾਲਾ ਹੈ, ਕਹਿੰਦੇ ਵੇਖੋ ਜੀ ਚਾਰੇ ਤਰਫ ਕਨਾਤ ਤਣੀ ਹੈ, ਤੁਸੀਂ ਕਿਸੇ ਪਾਸੇ ਤੋਂ ਵੀ ਨਹੀਂ ਜਾ ਸਕਦੇ। ਇਹ ਨਹੀਂ ਵੀ ਇੱਧਰਲੇ ਪਾਸੇ ਰੋਕਿਆ ਅਤੇ ਦੂਜੇ ਪਾਸੇ ਨਹੀਂ ਵੜ ਜਾਊ। ਹਲਕੀ ਹਲਕੀ ਤੂੰ ਤੂੰ ਮੈਂ ਹੋਣ ਲੱਗ ਪਈ। ਮੈਂ ਫਿਰ ਬੇਨਤੀ ਕਰਦਾ, ਪ੍ਰੇਮ ਦੋਨਾਂ 'ਚ ਹੀ ਹੈ,
ਮੁਸਲਮਾਨ ਵੀ ਮਿਲਣਾ ਚਾਹੁੰਦੇ ਨੇ ਗੁਰੂ ਨਾਨਕ ਸਾਹਿਬ ਨੂੰ, ਅਤੇ ਸਿੱਖ ਵੀ ਗੁਰੂ ਨਾਨਕ ਪਾਤਸ਼ਾਹ ਦਾ ਹੀ ਹੁਕਮ ਬਜਾ ਰਹੇ, ਕੋਈ ਬੁਰਾ ਨਹੀਂ ਹੈ ਦੋਨਾਂ 'ਚ, ਉਹ ਮੁਰੀਦ ਨੇ ਗੁਰੂ ਬਾਬਾ ਜੀ ਦੇ, ਗੁਰੂ ਨਾਨਕ ਸਾਹਿਬ ਨੂੰ ਆਪਣਾ ਪੈਗੰਬਰ ਮੰਨਦੇ ਨੇ, ਆਪਣਾ ਪੀਰ ਮੰਨਦੇ ਆ। ਸਿੱਖ ਕਹਿੰਦੇ ਜੀ ਸਾਨੂੰ ਵੀ ਸਤਿਗੁਰਾਂ ਦਾ ਹੁਕਮ ਹੈ, ਜੇ ਤੁਸੀਂ ਅੰਦਰ ਚਲੇ ਜਾਓਗੇ ਬਾਕੀ ਸੰਗਤ ਮਾੜੀ ਹੈ, ਵਿਤਕਰਾ ਤਾਂ ਹੈ ਨਹੀਂ ਨਾ ਕਿਸੇ, ਸਾਰੇ ਇੱਕ ਸਮਾਨ। ਜਦ ਸੰਗਤ ਦਰਸ਼ਨ ਨਹੀਂ ਕਰ ਸਕਦੀ, ਹੁਕਮ ਤੁਹਾਡੇ ਲਈ ਵੀ ਬਰਾਬਰ ਹੈ, ਤੁਸੀਂ ਖਾਸ ਤਾਂ ਹੈ ਨਹੀਂ ਕਿਤੋਂ। ਬੜੀਆਂ ਸੰਗਤਾਂ ਐਸੀਆਂ ਬੈਠੀਆਂ ਹੋਣਗੀਆਂ ਜਿਨ੍ਹਾਂ ਨੂੰ ਸਤਿਗੁਰਾਂ ਦੇ ਦਰਸ਼ਨ ਨਹੀਂ ਹੋਏ, ਕਿ ਉਹ ਨੇੜੋਂ ਵੀ ਆਈਆਂ ਹੋਣਗੀਆਂ, ਦੂਰੋਂ ਵੀ ਆਈਆਂ ਹੋਣੀਆਂ, ਪਰ ਉਹ ਆਖਣ ਕਹਿੰਦੇ ਨਹੀਂ ਅਸੀਂ ਸਤਿਗੁਰਾਂ ਦੇ ਦਰਸ਼ਨ ਕਰਨੇ ਹੀ ਕਰਨੇ। ਇਹਦਾ ਧੱਕਾ ਹੋ ਗਿਆ ਨਾ ਫਿਰ, ਵੀ ਜੇ ਕੋਈ ਪਿਆਰ ਨਾਲ ਸਮਝਾਉਂਦਾ ਉਹਦੀ ਗੱਲ ਮੰਨ ਲਓ, ਮੰਨਿਆ ਪਿਆਰ ਤੁਹਾਡੇ 'ਚ ਵੀ ਹੈ, ਪਿਆਰ ਉਹਨਾਂ ਵਿੱਚ ਵੀ ਹੈ, ਪਰ ਕਈ ਵਾਰ ਨਾ ਹਾਲਾਤਾਂ ਨੂੰ ਨਹੀਂ ਬੰਦਾ ਸਮਝ ਪਾਉਂਦਾ, ਉੱਥੇ ਲੜਾਈ ਹੋ ਜਾਂਦੀ। ਮੁਸਲਮਾਨ ਪਠਾਣ ਕਹਿੰਦੇ ਸਾਡੇ ਅੱਲਾ ਨੇ, ਸਾਡੇ ਵਲੀ ਨੇ ਗੁਰੂ ਨਾਨਕ ਬਾਬਾ ਜੀ, ਅਸੀਂ ਦਰਸ਼ਨ ਕਰਨੇ ਆਏ ਹਾਂ ਅਤੇ ਦਰਸ਼ਨ ਕਰਕੇ ਜਾਵਾਂਗੇ। ਸਿੱਖ ਕਹਿੰਦੇ ਜੀ ਆਇਆਂ ਨੂੰ ਨਮਸਕਾਰ ਹੈ, ਤੁਹਾਡੇ ਚਰਨਾਂ 'ਤੇ ਤੁਸੀਂ ਕਦਮ ਕਦਮ ਚੱਲ ਕੇ ਆਏ ਹੋ, ਪਰ ਭੁਲੇਖਾ ਨਾ ਰੱਖਿਓ ਵੀ ਤੁਸੀਂ ਦਾਬੇ ਦੂਬੇ ਮਾਰ ਅੰਦਰ ਚਲੇ ਜਾਓਗੇ, ਆਖੋ ਸਤਨਾਮ ਨਹੀਂ ਜਾ ਸਕਦੇ। ਕਿਉਂ ਨਹੀਂ ਜਾ ਸਕਦੇ? ਜਿਸ ਗੁਰੂ ਨਾਨਕ ਦੇ ਦਰਸ਼ਨ ਤੁਸੀਂ ਕਰਨ ਆਏ ਹੋ ਨਾ ਸੱਚੇ ਪਾਤਸ਼ਾਹ ਦੇ, ਸਾਨੂੰ ਵੀ ਉਸੇ ਸਤਿਗੁਰੂ ਨਾਨਕ ਦਾ ਹੁਕਮ ਹੈ ਵੀ ਸਿੱਖੋ ਪਹਿਰਾ ਸਕਦਰ ਕੋਈ ਤੰਬੂ ਦੇ ਅੰਦਰ ਨਾ ਆਵੇ। ਕਿਉਂ ਪਹਿਰਾ ਲਾਇਆ ਜੀ? ਸ਼ਾਇਦ ਯਾਦ ਹੋਵੇ ਆਪ, ਸਤਿਗੁਰਾਂ ਪਹਿਲਾਂ ਵੀ ਜੋਤੀ ਜੋਤ ਸਮਾਏ, ਤਨ ਦਾ ਪਰਿਤਿਆਗ ਕੀਤਾ, ਗੁਰੂ ਪੁੱਤਰ ਆ ਗਏ, ਉਦੋਂ ਪਹਿਰੇਦਾਰਾਂ ਨੇ ਸਖਤੀ ਨਹੀਂ ਕੀਤੀ, ਸੋਚਿਆ ਚੱਲ ਬਾਬਾ ਸ੍ਰੀ ਚੰਦ ਬਾਬਾ ਲਖਮੀ ਦਾਸ ਆਏ ਆ, ਦਰਸ਼ਨ ਕਰ ਲੈਣ ਦਿਓ। ਗੁਰੂ ਪੁੱਤਰ ਚਰਨਾਂ 'ਚ ਖੜ ਕੇ ਅਰਦਾਸ ਕਰਨ ਲੱਗ ਗਏ, ਤਰਲੇ ਕਰਨ ਲੱਗ ਗਏ, ਰੋਣ ਲੱਗ ਪਏ, ਵਾਸਤੇ ਪਾਉਣ ਲੱਗ ਗਏ ਸਤਿਗੁਰਾਂ ਨੂੰ, ਅਤੇ ਸੱਚੇ ਪਾਤਸ਼ਾਹ ਜੋਤੀ ਜੋਤ ਸਮਾ ਚੁੱਕੇ ਸੀ, ਤਨ ਛੱਡ ਚੁੱਕੇ ਸੀ, ਵਾਪਸ ਆਉਣਾ ਪੈ ਗਿਆ। ਇੱਦਾਂ ਤਾਂ ਫਿਰ ਰੋਜ਼ ਹੀ ਕੋਈ ਨਾ ਕੋਈ ਆ ਜਾ ਗੁਰੂ ਵਾਸਤਾ ਪਾਉਣ, ਮਰਜ਼ ਉੱਠ ਜਾਓ ਜੀ, ਫਿਰ ਸਾਨੂੰ ਦਰਸ਼ਨ ਦੇ ਦਿਓ ਜੀ। ਅਤੇ ਮਰਦ ਨੇ ਉਹ ਭਰ ਵੀ ਕੱਢਤਾ ਵੀ ਸਿੱਖੋ ਭਾਵੇਂ ਸਾਡੇ ਪੁੱਤਰ ਵੀ ਆਉਣ, ਧਰਮ ਪਤਨੀ ਵੀ ਆਉਣ, ਕਿਸੇ ਨੂੰ ਇਜਾਜ਼ਤ ਨਹੀਂ ਕੋਈ ਇਸ ਤਨਾਤ ਦੇ ਅੰਦਰ ਆ ਜਾ। ਇਹ ਰੂਲ ਹੈ, ਰੈਗੂਲੇਸ਼ਨ, ਇਹਨੂੰ ਸਖਤੀ ਨਾਲ ਫੋਲੋ ਕਰੋ। ਅਤੇ ਸਿੱਖਾਂ ਨੇ ਕੀਤਾ, ਤਿੱਖੀਆਂ ਤਲਵਾਰਾਂ ਲੈ ਕੇ, ਦਾਂਦਾਂ ਸੋਟੇ ਲੈ ਕੇ, ਉਸ ਤੰਬੂ ਦੇ ਆਸੇ ਪਾਸੇ ਚੱਟੀ ਲੱਗੀ ਤਨਾਤ ਦੇ ਆਸੇ ਪਾਸੇ ਸਿੱਖ ਖੜ੍ਹੇ ਆ, ਅਤੇ ਮੁਸਲਮਾਨਾਂ ਨੇ ਰੌਲਾ ਪਾਇਆ ਕਿ ਠੀਕ ਹੈ ਸ਼ਰਧਾ ਉਹਨਾਂ ਦੀ ਸਭ ਦੀ ਹੁੰਦੀ ਹੈ ਜੀ, ਪਰ ਗੁਰੂ ਦਾ ਹੁਕਮ ਵੀ ਕੁਝ ਹੁੰਦਾ। ਆਖਣ ਲੱਗੀ ਅਸੀਂ ਅੰਦਰ ਜਾਣਾ, ਸਿੱਖ ਕਹਿੰਦੇ ਜਾ ਨਹੀਂ ਸਕਦੇ। ਕਰਤਾਰਪੁਰ ਸਾਹਿਬ ਸੰਗਤਾਂ ਰੋ ਰਹੀਆਂ ਸੀ, ਬੜਾ ਵਿਰਾਗ ਸੀ, ਮੁਸਲਮਾਨਾਂ ਦੀ ਅੱਖ ਵਿੱਚ ਵੀ ਅੱਥਰੂ ਹੈ, ਮਨ ਉਹਨਾਂ ਦਾ ਵੀ ਭਰਿਆ, ਪਰ ਉਹ ਚਾਹੁੰਦੇ ਆ ਵੀ ਜੇ ਗੁਰੂ ਪਾਤਸ਼ਾਹ ਜੋਤੀ ਜੋਤ ਸਮਾਉਂਦੇ ਹੋਣਗੇ ਅਜੇ ਤਾਂ ਬੈਠੇ ਹੋਣੇ, ਚੌਂਕੜਾ ਲਾ ਕੇ ਚਰਨ ਫੜ ਲਾਂਗੇ, ਮਰਜ ਦੋ ਬਚਨ ਦੱਸ ਦਿਓ ਜੀ, ਕੋਈ ਸੁਣਾ ਦਿਓ ਜੀ, ਕਿਰਪਾ ਹੋ ਜੇ। ਪਰ ਸਿੱਖ ਕਹਿੰਦੇ ਤੁਸੀਂ ਜਾ ਹੀ ਨਹੀਂ ਸਕਦੇ, ਹਲਕਾ ਹਲਕਾ ਰੌਲਾ ਪੈ ਗਿਆ। ਦੇਖ ਪਠਾਨ ਹਿਰਦੇ ਬਿਸਮਾਲੇ, ਦਰਸ ਨਿਰਾਸ ਹਿਰਦੇ ਅਕੁਲਾਏ। ਪਹਿਰੇਦਾਰਾਂ ਦੀ ਗੱਲ ਮੰਨ ਕੇ ਹੌਸਲਾ ਜਾ ਧਰਵਾਸਾ ਜਾ ਕਰਕੇ ਪਠਾਨ ਮੁਸਲਮਾਨ ਸੰਗਤ ਵਿੱਚ ਬੈਠਦੇ ਗਏ। ਕਨਾਤ ਤੋਂ ਬਾਅਦ ਬੈਠੇ ਬੈਠੇ ਮਨ ਭਰੇ ਆਇਆ, ਬੜੇ ਹੈਰਾਨ ਹੋਏ, ਸੰਗਤਾਂ ਦਾ ਪ੍ਰਭਾਵ ਵੇਖ ਰੋਣ ਲੱਗ ਪਏ। ਹੁਣ ਤਾਂ ਯਕੀਨ ਹੋ ਗਿਆ ਵੀ ਸੱਚੀ ਸਤਿਗੁਰੂ ਜੋਤੀ ਜੋਤ ਹੀ ਸਮਾ ਗਏ, ਆਪਣੇ ਆਪ ਨੂੰ ਕੋਸ ਰਹੇ ਨੇ,
ਦੇਰ ਕਿਉਂ ਕਰਦੀ, ਵਕਤ ਕਿਉਂ ਲਾ ਲਿਆ, ਪਹਿਲਾਂ ਕਿਉਂ ਨਾ ਆਈ। ਪਰ ਚਿੰਤਤ ਬਹੁਤ ਨੇ, ਪਛਤਾਵਾ ਬਹੁਤ ਹੈ ਵੀ ਜੇ ਅੱਜ ਸਤਿਗੁਰਾਂ ਦੇ ਸਰੀਰ ਦੇ ਵੀ ਦਰਸ਼ਨ ਨਾ ਹੋਏ, ਲਾਹਨਤ ਯੋਗ ਹੈ ਜ਼ਿੰਦਗੀ ਸਾਹਿਬ। ਹੁਣ ਇੱਥੇ ਕੁ ਤੱਕ ਸਮਝੌਤਾ ਕਰਦੇ ਆ ਵੀ ਠੀਕ ਹੈ ਸਤਿਗੁਰੂ ਜੋਤੀ ਜੋਤ ਸਮਾ ਗਏ, ਪਰ ਸਾਨੂੰ ਵਾਰੀ ਸਿਰ ਮੱਥਾ ਤਾਂ ਟੇਕ ਲੈਣ ਦਿਓ। ਮੰਨ ਲਿਆ ਸਤਿਗੁਰੂ ਜੋਤੀ ਜੋ ਸਮਾ ਗਏ ਨੇ, ਸਵਾਦ ਛੱਡ ਗਏ ਨੇ, ਸਰੀਰ ਤਾਂ ਇੱਥੇ ਹੀ ਹੈ ਨਾ ਗੁਰੂ ਪਾਤਸ਼ਾਹ ਦਾ, ਪਰਿਕਰਮਾ ਕਰਨੀਆਂ ਨੇ, ਮੱਥਾ ਟੇਕਣਾ, ਸਲਾਮ ਕਰਨੀ ਹੈ। ਸਿੱਖ ਕਹਿੰਦੇ ਬਿਲਕੁਲ ਕੁਛ ਨਹੀਂ ਹੋ ਸਕਦਾ, ਜਿਹਨੇ ਮੱਥਾ ਟੇਕਣਾ ਕਨਾਤ ਤੋਂ ਬਾਹਰ ਟੇਕ ਲਓ। ਗੁਰੂ ਅੰਗ ਸੰਗ ਨੇ, ਗੁਰੂ ਸਰੀਰ ਨਹੀਂ, ਸਤਿਗੁਰੂ ਸ਼ਬਦ ਹਨ, ਪਰ ਬੈਠੇ ਬੈਠੇ ਚਿੰਤਾ ਦੇ ਵਿੱਚ ਨੇ। ਉਹਨਾਂ ਨੂੰ ਲੱਗਿਆ ਵੀ ਇਹ ਸਿੱਖ ਸਾਡੇ ਦੁਸ਼ਮਣ ਨੇ। ਵਕਤੀ ਤੌਰ 'ਤੇ ਕਈ ਵਾਰ ਸਾਨੂੰ ਕੋਈ ਚੰਗੀ ਗੱਲ ਸਮਝਾਵੇ, ਸਾਡੀ ਈਗੋ ਹਟ ਹੋਣ ਲੱਗ ਜੇ ਤਾਂ ਸਾਨੂੰ ਲੱਗਦਾ ਇਹ ਤਾਂ ਬੰਦਾ ਹੀ ਬਹੁਤ ਬੁਰਾ ਹੈ, ਪਰ ਕਈ ਵਾਰ ਉਹ ਬੁਰਾ ਵੀ ਨਹੀਂ ਹੁੰਦਾ ਅਤੇ ਬੁਰੇ ਆਪਾਂ ਵੀ ਨਹੀਂ ਹੁੰਦੇ। ਬਸ ਫਰਕ ਇੰਨਾ ਕੀ ਹੁੰਦਾ ਵੀ ਅਸੀਂ ਉਹਨੂੰ ਨਹੀਂ ਸਮਝ ਸਕਦੇ, ਉਹ ਸਾਨੂੰ ਨਹੀਂ ਸਮਝ ਸਕਦੇ। ਹੁਣ ਮੁਸਲਮਾਨ ਵੀਰ ਸਿੱਖਾਂ ਨੂੰ ਨਹੀਂ ਸਮਝ ਪਾ ਰਹੇ, ਭਾਵੁਕ ਬਹੁਤ ਨੇ, ਅਤੇ ਸਿੱਖ ਇਹਨਾਂ ਨੂੰ ਸਮਝ ਨਹੀਂ ਪਾ ਰਹੇ, ਕਿਉਂਕਿ ਉਹ ਕੀ ਜਾਣਨ ਜਿਹੜੇ ਐਡੀ ਦੂਰੋਂ ਚੱਲ ਕੇ ਆਏ, ਉਹਨਾਂ ਦੀ ਭਾਵਨਾ ਉਹ ਥੋੜ੍ਹਾ ਜਾਣ ਸਕਦੇ ਜਿਹਨਾਂ ਦਰਸ਼ਨ ਕੀਤੇ ਕੋਲ ਬੈਠੇ। ਉਹ ਤਾਂ ਉਹੀ ਜਾਣ ਸਕਦੇ ਨਾ ਜਿਹੜੇ ਤੁਰ ਤੁਰ ਕੇ ਆਏ ਆ, ਊਠਾਂ 'ਤੇ ਚੜ੍ਹ ਚੜ੍ਹ ਕੇ ਆਏ, ਇੰਨਾ ਸਫ਼ਰ ਤੈਅ ਕੀਤਾ, ਉਹ ਆਪਣੀ ਥਾਂ ਸਹੀ ਨੇ, ਅਤੇ ਉਹ ਪਹਿਰੇ 'ਤੇ ਜਿਹੜੇ ਖੜ੍ਹੇ ਆ ਉਹ ਆਪਣੀ ਥਾਂ ਸਹੀ ਨੇ। ਉਹਨਾਂ ਨੂੰ ਗੁਰੂ ਸਾਹਿਬ ਨੇ ਕਿਹਾ ਕੋਈ ਆਵੇ ਨਾ, ਤਰਲੇ ਕੀਤੇ, ਮਿਹਨਤਾਂ ਕੀਤੀਆਂ, ਇਹ ਵੀ ਕਿਹਾ ਵੀ ਇੱਕ ਪਲ ਦੀ ਮੌਲਤ ਦੇ ਦਿਓ ਜੀ, ਥੋੜ੍ਹਾ ਜਿਹਾ ਕਨਾਤ ਚੁੱਕ ਦਿਓ, ਬਸ ਦੂਰੋਂ ਦਰਸ਼ਨ ਕਰਨਾ। ਸਿੱਖ ਕਹਿੰਦੇ ਨਹੀਂ, ਹੁਕਮ ਹੁਕਮ ਹੈ, ਹੁਕਮ ਅਦੂਲੀ ਹੋਣੀ ਨਹੀਂ। ਖਰੇ ਲੋਕ ਚੌ ਦਿਸ ਰਖਵਾਰੀ, ਤਿੰਨ ਸੌ ਖਾਨਨ ਗਿਰਾ ਉਚਾਰੀ। ਫਿਰ ਜਿਹੜੇ ਖਾਨ ਲੋਕ ਸੀ ਪਠਾਨ, ਇੱਕ ਪਾਸੇ ਤੋਂ ਹਟੇ ਦੂਜੇ ਪਾਸੇ ਆ ਗਏ, ਕਿਉਂਕਿ ਕਨਾਤ ਚੌ ਤਰਫਾਂ ਲੱਗੀ ਹੈ, ਪਰਦਾ ਚਾਰੇ ਪਾਸੇ ਆ, ਜਿਵੇਂ ਟੈਂਟ ਲੱਗਾ ਹੁੰਦਾ। ਸੋਚਿਆ ਚੱਲ ਵੀ ਆਹ ਜਿਹੜੇ ਸਿੱਖ ਨੇ ਗਰਮ ਸੁਭਾਅ ਦੇ, ਉੱਧਰ ਵਾਲਿਆਂ ਨਾਲ ਗੱਲ ਕਰ ਲੈਣੀ, ਕਹਿੰਦੇ ਉੱਧਰ ਵੀ ਝਗੜਦੇ ਰਹੇ, ਨਹੀਂ ਬਣੀ ਗੱਲ। ਤੀਜੇ ਪਾਸੇ ਆ ਗਏ, ਕਰ ਲਏ ਮਿੰਨਤਾਂ, ਹਲਕੇ ਜਦਾਬੇ ਦੁੱਬੇ ਵੀ ਮਾਰੇ, ਇੰਨਾ ਕੁ ਚੱਲਦਾ, ਪਰ ਸਿੱਖ ਟਸ ਤੋਂ ਬਸ ਨਹੀਂ ਹੋਏ। ਪਹਿਰਾ ਹੋਰ ਸਖਤ ਕਰਤਾ ਸਿੱਖ, ਵੀ ਜਦੋਂ ਗੁਰੂ ਪਾਤਸ਼ਾਹ ਦਾ ਹੁਕਮ ਹੈ ਕੋਈ ਅੰਦਰ ਨਹੀਂ ਜਾਏਗਾ, ਭਾਵੇਂ ਉਹ ਸਾਡਾ ਵੀ ਬੰਦਾ ਸਿੱਖ ਕਿਉਂ ਨਾ ਹੋਵੇ, ਹਜ਼ੂਰੀ ਸਿੱਖ ਵੀ ਕਿਉਂ ਨਾ ਹੋਵੇ, ਹੁਣ ਤਾਂ ਭਾਵੇਂ ਬਾਬਾ ਬੁੱਢਾ ਜੀ ਹੋਣ ਅਤੇ ਬਾਬਾ ਸ੍ਰੀ ਚੰਦ ਹੋਣ, ਕਹਿੰਦੇ ਇਹ ਵੀ ਅੰਦਰ ਨਹੀਂ ਜਾ ਸਕਦੇ ਆ ਉਹ ਸਤਨਾਮ। ਗੱਲ ਇਹ ਨਹੀਂ ਵੀ ਗੁਰੂ ਪੁੱਤਰਾਂ ਦਾ ਨਿਰਾਦਰ ਹੋ ਗਿਆ ਜੀ, ਅੰਦਰ ਨਹੀਂ ਜਾਣ ਦਿੰਦੇ, ਬਾਬਾ ਬੁੱਢਾ ਜੀ ਨੂੰ ਕਿਉਂ ਰੋਕਤਾ, ਨਹੀਂ, ਲਾਓ ਐਂਡ ਆਰਡਰ ਹੈ, ਹੁਕਮ ਹੈ, ਗੁਰੂ ਦਾ ਵਿਧਾਨ ਹੈ, ਨਹੀਂ ਮੋੜਿਆ ਜਾ ਸਕਦਾ। ਅੱਜ ਵੀ ਸਿੱਖ ਪੰਥ ਗੁਰੂ ਦੀ ਮਰਿਆਦਾ ਵਿੱਚ ਚੱਲਣਾ ਚਾਹੁੰਦਾ, ਨਹੀਂ ਚੱਲ ਰਹੇ ਅਸੀਂ, ਸਾਡੀ ਆਪਣੀ ਮਰਜ਼ੀ ਹੈ, ਅਸੀਂ ਆਪਣੇ ਔਗਣਾਂ 'ਚ ਆਪਣੀ ਹੋਮੇ ਆਪਣੇ ਗੁਨਾਹਾਂ ਵਿੱਚ ਭਰੇ ਹੋਏ ਹਾਂ, ਨਾ ਗੁਰੂ ਦੀ ਮੰਨਦੇ, ਨਾ ਗੁਰੂ ਦੀ ਸੁਣਦੇ, ਨਾ ਪ੍ਰੇਮ ਕਰਦੇ, ਨਾ ਨਿਮਰਤਾ ਰੱਖਦੇ, ਨਾ ਸਾਡੇ ਅੰਦਰ ਕੋਈ ਸ਼ਰਧਾ ਭਾਵਨਾ। ਪਰ ਉਸ ਵੇਲੇ ਸਿੱਖਾਂ ਨੇ ਬੜਾ ਸੋਹਣਾ ਰੋਲ ਨਿਭਾਇਆ, ਕਹਿੰਦੇ ਮੁਸਲਮਾਨ ਪਠਾਨ ਜਿੱਦ ਕਰਨ ਜੀ। ਹੁਣ ਐਸੇ ਸਮੇਂ 'ਤੇ ਰੌਲੇ ਪੈਂਦੇ ਹੁੰਦੇ, ਜਦੋਂ ਦੋ ਧਿਰਾਂ ਹੋ ਜਾਣ ਨਾ, ਉਹਨਾਂ ਦਾ ਤਾਂ ਰੌਲਾ ਹੁੰਦਾ ਹੀ ਹੁੰਦਾ, ਤੀਜੇ ਜਿਹੜੇ ਚੁੱਪ ਕਰਾਉਣ ਆਉਂਦੇ ਉਹ ਤਮਾਸ਼ਾ ਬਣਾ ਕੇ ਖੜ ਜਾਂਦੇ। ਹਮੇਸ਼ਾ ਕੋਈ ਵੀ ਲੜਾਈ ਫਸਾਦ ਉਦੋਂ ਬਣਦੀ ਹੈ, ਤਮਾਸ਼ਾ ਉਦੋਂ ਬਣਦੀ ਹੈ ਜਦੋਂ ਆਸੇ ਪਾਸੇ ਦੇ ਸਲਾਹਕਾਰ, ਜਿਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਗੱਲ ਹੈ ਕੀ ਸੀ, ਲੜਾਈ ਕਾਹਦੀ ਹੈ, ਉਹ ਪਹਿਲਾਂ ਤਾਂ ਪੁੱਛਣ ਲੱਗ ਜਾਂਦੇ ਨੇ ਵੀ ਕੀ ਹੋਇਆ ਕੀ ਹੋਇਆ, ਬਾਅਦ 'ਚੋਂ ਦੱਸਣ ਲੱਗ ਜਾਂਦੇ, ਕਹਿੰਦੇ ਆਹ ਗਲਤ ਹੈ ਆਹ ਗਲਤ ਹੈ, ਵੀ ਤੂੰ ਕੌਣ ਉਹਨਾਂ ਡਿਸਾਈਡ ਕਰਨ ਵਾਲਾ ਵੀ ਕੌਣ ਗਲਤ ਹੈ, ਤੂੰ ਦੇਖਿਆ ਕੁਛ, ਨੋਟ ਕਰ ਲਿਓ ਕਦੇ, ਦੋ ਗੱਡੀਆਂ ਆਪਸ 'ਚ ਟਕਰ ਜਾਣ,
ਰੌਲਾ ਪਿਆ, 10 ਲੋਕ ਖੜ੍ਹੇ ਆ, ਪਹਿਲਾਂ ਆਪਣੇ ਵਰਗਾ ਭੱਜਿਆ ਜਾਂਦਾ, ਕੀ ਹੋ ਗਿਆ ਕੀ ਹੋ ਗਿਆ, ਦੋ ਨੂੰ ਪੁੱਛਦਾ, ਉਹ ਕਹਿੰਦਾ ਨਹੀਂ ਨਹੀਂ ਕੁਛ ਨਹੀਂ, ਤੀਜਾ ਕਹਿੰਦਾ ਯਾਰ ਗੱਡੀਆਂ ਵੱਜੀਆਂ, ਅੱਛਾ ਹਾਲਾਤ ਜੇ ਵੇਖੇ, ਇੱਧਰ ਵਾਲੀ ਗੱਡੀ ਚੈੱਕ ਕਰ ਲਈ, ਇੱਧਰ ਵੇਖ ਲਿਆ ਇੱਧਰ ਲੋਕ ਕੀ ਕਹਿੰਦੇ, ਉੱਧਰ ਕੀ ਕਹਿੰਦੇ, ਫਿਰ ਬਣ ਕੇ ਜੱਜ, ਕਹਿੰਦੇ ਵੇਖ ਭਾਈ ਸਾਹਿਬ ਗਲਤੀ ਤੇਰੀ ਹੈ, ਉਹਦੇ ਵਿਚਾਰੇ ਆਪਸ ਉਲਝੇ ਹੋਏ ਆ, ਤੀਜਾ ਆ ਕੇ ਚੌਧਰੀ ਬਣ ਗਿਆ। ਹੁਣ ਜੇ ਚੌਧਰੀ ਨੂੰ ਫੜ ਕੇ ਗਲਤ ਹੋ ਗਏ ਘੜੀਸੇ, ਵੀ ਤੂੰ ਕੌਣ ਹੁੰਦਾ ਗਲਤੀ ਦੱਸਣ ਵਾਲਾ, ਤੂੰ ਕੌਣ ਆ, ਰੌਲਾ ਹੀ ਖਤਮ। ਬੜੀ ਵਾਰ ਹੁੰਦਾ ਜਿਹੜੇ ਆਪਸ 'ਚ ਲੜੇ ਹੁੰਦੇ ਆ ਉਹ ਇਕੱਠੇ ਖੜ੍ਹੇ ਹੁੰਦੇ, ਜਿਹੜੇ ਪਿੱਛੋਂ ਆਏ ਸਮਝੌਤਾ ਕਰਨ ਉਹ ਡਾਂਗੋ ਡਾਂਗੀ ਹੋਏ ਹੁੰਦੇ ਨਾਲ, ਕਿਉਂਕਿ ਉਹਨਾਂ ਵਕਤ ਸਮਝਿਆ ਹੀ ਨਹੀਂ, ਵੇਖਿਆ ਹੀ ਨਹੀਂ ਗਲਤੀ ਕਿਹਦੀ ਸੀ, ਕਿਹਨੇ ਕੀ ਕੀਤਾ, ਆ ਕੇ ਹਾਲਾਤ ਜੇ ਵੇਖ ਕੇ ਪ੍ਰਭਾਵਿਤ ਹੋ ਕੇ ਬਸ ਮੈਂ ਤੇਰੇ ਨਾਲ ਆ, ਇਹ ਗਲਤ ਆ ਸਹੀ ਹੈ, ਕਹਿੰਦੇ ਉਹੀ ਕੁਛ ਇੱਥੇ ਹੋ ਗਿਆ। ਕੁਝ ਤੇ ਸਿੱਖ ਸਿੱਖਾਂ ਦੇ ਹੱਕ 'ਚ ਖੜ ਗਏ ਵੀ ਸਤਿਗੁਰਾਂ ਦਾ ਹੁਕਮ ਹੈ ਪਹਿਰੇ 'ਤੇ ਆ, ਅਤੇ ਕੁਝ ਸਿੱਖ ਜਿਹੜੇ ਨਾਲ ਆਏ ਸੀ ਉਹਨਾਂ ਨੂੰ ਲੱਗਿਆ ਵੀ ਇਹ ਸਿੱਖ ਗਲਤ ਨੇ, ਮਰਜ਼ੀ ਕਰਦੇ ਆ, ਜਿਹੜੇ ਪਹਿਰੇ 'ਤੇ ਖੜ੍ਹੇ ਅੰਦਰ ਨਹੀਂ ਜਾਣ ਦਿੰਦੇ ਕਿਸੇ, ਉਹ ਮੁਸਲਮਾਨਾਂ ਦਾ ਹੋ ਗਏ। ਮੈਂ ਫਿਰ ਬੇਨਤੀ ਕਰਾਂ ਵੀ ਦੋਨੇ ਧਿਰਾਂ 'ਚ ਹੀ ਪ੍ਰੇਮ ਹੈ, ਵਕਤ ਦੀ ਨਜ਼ਾਕਤ ਨੂੰ ਕੋਈ ਵੀ ਨਹੀਂ ਪਛਾਣ। ਮੁਸਲਮਾਨ ਝਗੜੇ ਥੋੜ੍ਹਾ ਜਿਹਾ, ਸਿੱਖਾਂ ਨੇ ਸ਼ਾਂਤ ਕੀਤਾ, ਕਹਿੰਦੇ ਝਗੜਾ ਨਾ ਕਰੋ, ਤੰਬੂ ਅੰਦਰ ਆਵਾਜ਼ ਜਾਂਦੀ ਹੈ, ਇਹ ਸਮਾਂ ਲੜਨ ਭਿੜਨ ਦਾ ਨਹੀਂ, ਗੁਰੂ ਦਾ ਹੁਕਮ ਮੰਨਣ ਦਾ ਏ। ਤੁਮ ਹੋ ਸਿੱਖ ਗੁਰੂ ਗੁਣ ਖਾਨੀ, ਹਮ ਮੁਰੀਦ ਹੈ ਸਭ ਜਗ ਜਾਨੀ। ਤੇ ਹੁਣ ਮੁਸਲਮਾਨਾਂ ਨੇ ਵੀ ਦਾਅਵਾ ਕੀਤਾ ਗੁਰੂ ਨਾਨਕ ਸਾਹਿਬ 'ਤੇ, ਕਹਿੰਦੇ ਤੁਸੀਂ ਸਿੱਖ ਹੋ, ਤੁਹਾਨੂੰ ਸਾਰੀ ਦੁਨੀਆ ਜਾਣਦੀ, ਪਰ ਅਸੀਂ ਮੁਸਲਮਾਨ ਹਾਂ, ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਮੁਰੀਦ ਹਾਂ, ਜਿੰਨੇ ਸਤਿਗੁਰੂ ਤੁਹਾਡੇ ਉਨੇ ਸਾਡੇ ਵੀ ਨੇ। ਗੱਲ ਇੱਥੇ ਪਹੁੰਚ ਗਈ, ਗੱਲ ਇੱਥੇ ਆ ਗਈ। ਕਈ ਵਾਰ ਰਿਸ਼ਤੇਦਾਰੀ ਦਾ ਕੋਈ ਝਗੜਾ ਹੋਵੇ ਨਾ, ਇਸੇ ਕਰਕੇ ਸਮਾਜ ਦੀਆਂ ਲੜਾਈਆਂ ਨੂੰ ਵੇਖ ਕੇ ਚਿੱਤ ਨਹੀਂ ਕਰਦਾ ਵਿੱਚ ਆਉਣ। ਕਿਸੇ ਵਿਆਹ 'ਤੇ ਵੇਖੋ ਦੋ ਧਿਰਾਂ ਦੀ ਲੜਾਈ ਹੋ ਜੇ, ਦੋਨੇ ਸਹੀ ਹੁੰਦੇ ਆ ਕਈ ਵਾਰ, ਅਤੇ ਦੋਨਾਂ ਦੇ ਹੱਕ 'ਚ ਖੜ੍ਹਨ ਨਾਲ ਇੱਕ ਕਹਿੰਦਾ ਮੈਂ ਭਤੀਜਾ ਮੇਰਾ ਹੱਕ ਹੈ, ਦੂਜਾ ਕਹਿੰਦਾ ਮੈਂ ਭਾਣਜਾ ਮੇਰਾ ਵੀ ਹੱਕ ਹੈ, ਤੂੰ ਕੌਣ ਹੁੰਦਾ ਬੋਲਣ ਵਾਲਾ। ਹੱਕ ਦੋਨਾਂ ਦਾ ਹੀ ਨੇ, ਪਰ ਦੋਨੇ ਬੇਵਜ੍ਹਾ ਖਾਮ ਖਾਂ ਹੀ ਲੜਦੇ ਹੁੰਦੇ, ਲੜਾਈ ਜਿਨ੍ਹਾਂ ਦੀ ਹੁੰਦੀ ਉਹ ਇੱਕ ਦੂਜੇ ਵੱਲ ਵੇਖਦੇ ਅਤੇ ਤਮਾਸ਼ਾ ਕਰਦੇ ਹੁੰਦੇ ਦੋਨੇ, ਇੱਕ ਪੱਖ 'ਚ ਭਾਣਜਾ ਖੜ੍ਹ ਗਿਆ, ਇੱਕ ਪੱਖ 'ਚ ਭਤੀਜਾ ਖੜ੍ਹ ਗਿਆ, ਹੈ ਹੀ ਸਮਾਜ ਦਾ ਕੰਮ ਇਹ। ਕਈ ਵਾਰ ਨਾ ਸਮਾਜ ਦੀ ਹਾਲਤ ਇੱਦਾਂ ਦੀ ਹੈ, ਬੀਬੀਆਂ ਆਪਸ ਵਿੱਚ ਲੜਦੀਆਂ ਹੋਣ ਨਾ, ਲੜਾਈ ਹੋ ਜਾਵੇ ਅੱਧਾ ਘੰਟਾ, ਅਸਲ ਮੁੱਦਾ ਹੀ ਭੁੱਲ ਜਾਂਦੀਆਂ ਵੀ ਆਪਾਂ ਲੜੀਆਂ ਕਿਉਂ ਸੀ, ਆਖੋ ਸਤਨਾਮ, ਲੜਾਈ ਕਿਹੜੀ ਗੱਲ ਤੋਂ ਹੋਈ, ਪੰਗਾ ਕਿਤੇ ਹੋਰ ਪਾਇਆ ਹੋਰ, ਕੋਈ ਭਲਾ ਮਾਣਸ ਆ ਕੇ ਕਹਿੰਦੇ ਲੜਾਈ ਕਾਹਦੀ ਸੀ, ਯਾਦ ਉਹਨਾਂ ਨੂੰ ਵੀ ਨਹੀਂ ਆਉਂਦਾ ਹੁੰਦਾ ਵੀ ਆਪਾਂ ਲੜੀਆਂ ਕਿਉਂ ਸੀ, ਬਸ ਅਗਲੇ ਪਿਛਲੇ ਸਾਰੇ ਫਰੋਲਤੇ, ਹੁਣ ਲੜਾਈ ਉੱਧਰ ਨੂੰ ਪੈ ਗਈ, ਕਿਸੇ ਨੇ ਗਾਲ ਕੱਢਤੀ, ਕਿਸੇ ਨੇ ਕੁਛ ਕਹਿਤਾ, ਅਸਲ 'ਚ ਨਾ ਦੁਨਿਆਵੀ ਗੱਲਾਂ ਹੁੰਦੀਆਂ ਬਹੁਤ ਛੋਟੀਆਂ ਨੇ, ਉਹਨਾਂ ਗੱਲਾਂ ਨੂੰ ਪਲੇਥਣ ਲਾਇਆ ਜਾਂਦਾ, ਜਾਂ ਨੇੜੇ ਤੇੜੇ ਖੜ੍ਹੇ ਹੁੰਦੇ ਉਹ ਉਕਸਾ ਦਿੰਦੇ, ਚੱਕ ਦਿੰਦੇ ਕੰਮ, ਕਹਿੰਦੇ ਦੋ ਧਿਰਾਂ ਬਣ ਗਈਆਂ ਜੀ ਇੱਥੇ, ਹੁਣ ਕਰਤਾਰਪੁਰ ਸਾਹਿਬ ਗੱਲ ਤਾਂ ਕੁਛ ਵੀ ਨਹੀਂ ਸੀ ਤੁਹਾਡੇ ਸਾਹਮਣੇ। ਮੁਸਲਮਾਨ ਆਏ ਦਰਸ਼ਨ ਕਰਨ ਵਾਸਤੇ, ਸਿੱਖਾਂ ਨੇ ਬੇਨਤੀ ਕੀਤੀ, ਕਹਿੰਦੇ ਮਰਜ ਦਾ ਹੁਕਮ ਹੈ ਅੰਦਰ ਨਹੀਂ ਜਾ ਸਕਦੇ, ਉਹਨਾਂ ਦੀ ਈਗੋ ਹੱਟ ਹੋ ਗਈ ਵੀ ਹਾਏ ਹਾਏ ਤੁਸੀਂ ਸਾਨੂੰ ਕੌਣ ਰੋਕ ਸਕਦੇ ਬਈ, ਅਸੀਂ ਵੀ ਮੁਰੀਦ ਹਾਂ, ਸਾਡਾ ਵੀ ਹੱਕ ਆ ਗੁਰੂ ਨਾਨਕ ਸਾਹਿਬ। ਹੁਣ ਇਹ ਤਾਂ ਮੁੱਦਾ ਹੈ ਹੀ ਨਹੀਂ ਸੀ ਵੀ ਗੁਰੂ ਨਾਨਕ ਸਾਹਿਬ ਮੁਸਲਮਾਨਾਂ ਦੇ ਜਾਂ ਸਿੱਖਾਂ ਦੇ, ਹੈ ਸੀ ਇਹ ਬਣਾ ਲਿਆ, ਅਜੇ ਵੀ ਬਣਾਉਣ ਵਾਲਿਆਂ ਵਿੱਚ ਕੋਈ ਵੈਰ ਨਹੀਂ। ਆਸੇ ਪਾਸੇ ਜਿਹੜੇ ਖੜ੍ਹੇ ਆ ਉਹ ਕਹਿੰਦੇ ਜੀ ਇਹ ਵਿਚਾਰੇ ਭਾਈ ਜਾਨ ਐਡੀ ਦੂਰੋਂ ਆਏ, ਦਰਸ਼ਨ ਕਰਾਓ ਇਹਨਾਂ ਨੂੰ, ਇਹਨਾਂ ਦਾ ਤਾਂ ਫਰਜ਼ ਬਣਦਾ, ਦੂਰੋਂ ਆਏ ਆ, ਇਹ ਮੁਸਲਮਾਨ ਨੇ ਵਿਚਾਰੇ। ਅਤੇ ਵਿੱਚ ਅੱਧੇ ਕਹਿਣ ਵੀ ਜੇ ਇਹ ਜਾਣਗੇ ਤਾਂ ਸਾਨੂੰ ਕਿਹੜਾ ਕੂੜ ਪਿਆ ਸੀ ਵੀ ਜਾਣੂ,
ਪਹਿਰੇਦਾਰ ਬੜੇ ਦੁਖੀ, ਇੰਨੀ ਸਖਤੀ ਕਰਦੇ ਬਾਵਜੂਦ ਲੋਕ ਪਰਦੇ ਅੰਦਰ ਆਉਣਾ ਚਾਹੁੰਦੇ ਆ, ਕਨਾਤ ਅੰਦਰ ਜਾਣਾ ਚਾਹੁੰਦੇ ਨੇ। ਆਖਰ ਕਉ ਦਰਸ਼ਨ ਇਹ ਕਲਾ, ਹਮ ਕੋ ਕਰਨੇ ਦਿਓ ਕਿਰਪਾਲਾ। ਸਿੱਖਾਂ ਨੇ ਕਿਹਾ ਵੀ ਤੁਸੀਂ ਕਿਸੇ ਵੀ ਕੀਮਤ ਅੰਦਰ ਅੰਦਰ ਨਹੀਂ ਜਾ ਸਕਦੇ, ਇਹਨੂੰ ਹੁਕਮ ਸਮਝ ਲਓ, ਬੇਨਤੀ ਸਮਝ ਲਓ, ਤਰਲਾ ਸਮਝ ਲਓ, ਪਰ ਸੱਚੇ ਪਾਤਸ਼ਾਹ ਦਾ ਹੁਕਮ ਹੈ ਅਸੀਂ ਨਹੀਂ ਕਰ ਸਕਦੇ, ਭਾਵੇਂ ਸਿਰ ਚਲਿਆ ਜਾਓ। ਮੁਸਲਮਾਨਾਂ ਨੇ ਵੀ ਹੱਥ ਜੋੜੇ, ਕਹਿੰਦੇ ਵੇਖੋ ਅਸੀਂ ਮਰੀਦ ਹਾਂ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨਾ ਸਾਡਾ ਹੱਕ ਹੈ। ਮੈਂ ਵੀ ਕਹਿੰਦਾ ਜੀ ਕੋਈ ਸ਼ੱਕ ਨਹੀਂ, ਹੱਕ ਹੈ ਦਰਸ਼ਨ ਕਰਨਾ, ਪਰ ਇਹ ਤਾਂ ਨਹੀਂ ਕੱਲ੍ਹ ਨੂੰ ਕੋਈ ਦੁਪਹਿਰ ਨੂੰ ਆ ਕੇ ਆਖੇ ਜਾਂ ਰਾਤ ਨੂੰ 12 ਵਜੇ ਆ ਕੇ ਆਖੇ ਵੀ ਮਰਦ ਦਾ ਪ੍ਰਕਾਸ਼ ਕਰੋ ਜੀ ਮੈਂ ਤਾਂ ਦਰਸ਼ਨ ਕਰਨੇ ਨਹੀਂ ਕਰਨੇ। ਯਾਰ ਕੋਈ ਵਿਧਾਨ ਵੀ ਹੈ, ਕੋਈ ਮਰਿਆਦਾ ਵੀ ਹੈ। ਕੱਲ੍ਹ ਨੂੰ ਤਾਂ ਕੋਈ ਮੂੰਹ ਚੁੱਕ ਕੇ ਉੱਠ ਕੇ ਆਖੂਗਾ ਵੀ 3 ਵਜੇ ਬਾਬਾ ਜੀ ਰਹਿ ਰਸ ਕਰ ਲਿਆ ਕਰੋ, ਯਾਰ ਸ਼ਾਮ ਨੂੰ ਤਾਂ ਸੈਰ ਦਾ ਟਾਈਮ ਹੁੰਦਾ, ਹੋ ਸਕਦਾ ਕਦੇ? ਪ੍ਰੇਮ ਹੈ ਆਪਣੀ ਥਾਂ 'ਤੇ ਹੈ, ਪਰ ਮਰਿਆਦਾ ਰੂਲ ਬਹੁਤ ਵੱਡਾ ਹੁੰਦਾ। ਅਤੇ ਸਿੱਖੀ ਦੇ ਵਿੱਚ ਪ੍ਰੇਮ ਅਤੇ ਮਰਿਆਦਾ ਦੋਨੇ ਚੀਜ਼ਾਂ ਦਾ ਕੰਸੈਪਟ ਹੈ। ਮੁਸਲਮਾਨ ਕਹਿੰਦੇ ਅਸੀਂ ਦਰਸ਼ਨ ਕਰਨੇ ਨੇ, ਮਾੜੀ ਗੱਲ ਨਹੀਂ ਦਰਸ਼ਨ ਕਰਨੇ, ਪਰ ਹੁਣ ਦਰਸ਼ਨ ਕਰਨ ਦਾ ਵੇਲਾ ਨਹੀਂ, ਹੁਣ ਤਾਂ ਮਰਦ ਜੋਤੀ ਜੋ ਸਮਾਨ। ਸਾਡੇ 'ਚ ਮੂਰਖਤਾਈਆਂ ਬਹੁਤ ਨੇ, ਮੈਂ ਬੜਿਆਂ ਲੋਕਾਂ ਨੂੰ ਬੜੀਆਂ ਥਾਵਾਂ 'ਤੇ ਵੇਖਦਾ, ਹਰ ਗੁਰੂ ਘਰ ਵਿੱਚ ਸੱਚਖੰਡ ਬਣਿਆ ਹੁੰਦਾ। ਮਾਫ਼ ਕਰਿਓ ਮੈਂ ਅੱਜ ਫਿਰ ਥੋੜ੍ਹੇ ਜਿਹੇ ਸਖ਼ਤ ਜਿਹੇ ਸ਼ਬਦ ਵਰਤਦਾ ਕਿ 15-16 ਸਾਲਾਂ ਤੋਂ ਇਹ ਰੱਜ ਕੇ ਵੇਖਿਆ, ਜਿਹਨਾਂ ਨੂੰ ਪਤਾ ਉਹ ਵੀ ਇਹ ਕੁਛ ਕਰਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਸਾਹਮਣੇ ਪ੍ਰਕਾਸ਼ਮਾਨ ਨੇ, ਇੱਥੇ ਵੇਖ ਲਿਓ ਕਿੰਨੀ ਕੁ ਸ਼ਰਧਾ ਨਾਲ ਮੱਥਾ ਟੇਕ, ਔਰ ਭੱਜ ਭੱਜ ਕੇ ਸੱਚਖੰਡ ਨੂੰ ਭੱਜਣਗੇ ਕੁੰਡੇ ਕੋਲ ਕੋਲ, ਵੀ ਉੱਥੇ ਪਤਾ ਨਹੀਂ ਕੋਈ ਵੱਡਾ ਹੀ ਰੱਬ ਬੈਠਾ। ਇਹ ਮੂਰਖਤਾ ਬਹੁਤ ਵੱਡੀ। ਤੁਸੀਂ ਆਪਣੇ ਘਰ ਬੈਠੇ ਆਪਣੀ ਪ੍ਰਾਈਵੇਸੀ ਮੰਗਦੇ ਹੋ, ਬੈੱਡ 'ਤੇ ਪਏ ਹੋ, ਕਹਿੰਦੇ ਸਾਡੇ ਬੈੱਡਰੂਮ 'ਚ ਕੋਈ ਆਵੇ ਨਾ, ਸਾਡੇ ਘਰ ਵੀ ਆਵੇ ਡੋਰਬੈਲ ਕਰਕੇ ਆਵੇ ਕੋਈ, ਦਰਵਾਜ਼ਾ ਨੌਪ ਕਰਕੇ ਆਵੇ ਕੋਈ, ਉਹ ਸ੍ਰਿਸ਼ਟੀ ਦੇ ਮਾਲਕ ਸੱਚੇ ਪਾਤਸ਼ਾਹ ਸੁੱਖ ਆਸਣ 'ਤੇ ਬਿਰਾਜਮਾਨ ਨੇ, ਉਹ ਮੂਰਖਾ ਕਿਹੜੇ ਕੰਮੀ ਤੁਰਿਆ ਫਿਰਦਾ, ਕਿਹੜੀ ਤੇਰੀ ਸ਼ਰਧਾ ਹੈ? ਜਿਹੜਾ ਤੇਰਾ ਚਾਅ ਹੈ ਬਹਿ ਜਾ ਸਾਹਮਣੇ ਗੁਰੂ ਦੇ ਗੋਦ ਵਿੱਚ, ਸਤਿਗੁਰੂ ਬੈਠੇ ਆ ਬਾਹਰ। ਪਰ ਨਹੀਂ, ਸਾਡਾ ਕੰਮ ਕੀ ਹੈ? ਜਿੱਥੋਂ ਸਾਨੂੰ ਰੋਕਿਆ ਜਾਊ ਅਸੀਂ ਉੱਧਰ ਨੂੰ ਭੱਜਣਾ। ਸਾਹਮਣੇ ਪ੍ਰਕਾਸ਼ਮਾਨ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਈ ਚੌਰ ਵੀ ਨਹੀਂ ਕਰਦਾ, ਪਰ ਸੁਖਾਸਨ ਸਥਾਨ ਦਾ ਕੁੰਡਾ ਖੁੱਲ ਚਾਦਰਾਂ ਚੁੱਕ ਚੁੱਕ ਵੇਖਣਗੇ ਵੀ ਬਾਬਾ ਕਿਤੇ ਸਾਹਮਣੇ ਹੀ ਆ ਜਾ। ਸਤਨਾਮ, ਇਹ ਮਨ ਮਾਤਾ ਹੈ ਬਹੁਤ ਵੱਡੀ। ਪਹਿਲੀ ਗੱਲ, ਸੱਚਖੰਡ ਸਾਹਿਬ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਹੁੰਦਾ ਹੈ, ਉੱਥੇ ਬਿਨਾਂ ਕੇਸੀ ਇਸ਼ਨਾਨ ਬਿਨਾਂ ਸੁੱਚੇ ਵਸਤਰ ਕਿਸੇ ਨੂੰ ਨਹੀਂ ਜਾਣਾ ਚਾਹੀਦਾ। ਈਵਨ ਕਿ ਅਸੀਂ ਵੀ ਇਸ ਪੰਥ ਨਾਲ ਜੁੜੇ ਹਾਂ, ਬਹੁਤ ਡਰੀਦਾ ਸਤਿਗੁਰਾਂ, ਭਾਵੇਂ ਆਪਣੇ ਕੱਪੜੇ ਜਿਹੜੇ ਵਸਤਰ ਹੁੰਦੇ ਆ ਨਾ ਉਹ ਦਰਬਾਰ ਵਾਲੇ ਹੁੰਦੇ ਆ, ਵੀ ਇਹ ਕਥਾ 'ਚ ਪਾਉਣੇ ਬਾਹਰ ਨਹੀਂ ਪਾਉਣੇ, ਫਿਰ ਵੀ ਡਰ ਲੱਗਦਾ ਗੁਰੂ ਸਾਹਿਬ ਦੇ ਕੋਲ ਜਾਂਦੇ ਆ। ਪਾਤਸ਼ਾਹ ਕਿਤੇ ਜੂਠੇ ਮਿੱਠੇ ਹੱਥੇ ਨਾ ਕੱਪੜਿਆਂ ਨੂੰ ਨਾ ਲੱਗੇ ਹੁਣ, ਕਿਤੇ ਮੇਰੀ ਆ ਪੱਗ ਦਸਤਾਰ ਤੇਰੇ ਵਸਤਰਾਂ ਨੂੰ ਨਾ ਛੋਜੇ, ਕੋਸ਼ਿਸ਼ ਕਰੀ ਦੀ ਬਾਹਰੋਂ ਨਾ ਵਿਸ਼ਕਾਰ ਕਰ। ਕੌਣ ਜਾ ਸਕਦਾ ਅੰਦਰ? ਗੁਰੂ ਕਾ ਗ੍ਰੰਥੀ ਸਿੱਖ, ਪਾਠੀ ਸਿੱਖ, ਜਿਹੜੇ ਸੇਵਾਦਾਰ ਨੇ ਸਤਿਗੁਰਾਂ ਦੇ, ਉਹ ਜਦ ਵੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦੇ ਆ, ਉਹ ਪਹਿਲਾਂ ਅਰਦਾਸ ਕਰਦੇ, ਮਹਾਰਾਜ ਫਲਾਣੇ ਸੇਵਕ ਦੇ ਘਰ ਜਾਣਾ ਜੀ, ਕਿਰਪਾ ਕਰੋ। ਅਤੇ ਸਾਡਾ ਕੰਮ ਕੀ ਹੈ? ਹੁਕਮਨਾਮਾ ਸਾਹਿਬ ਬਾਹਰ ਲਿਖਿਆ ਉੱਥੇ ਨਹੀਂ ਪੜ੍ਹਨਾ, ਰੁਮਾਲਾ ਚੁੱਕ ਚੁੱਕ ਕੇ ਵੇਖਣਗੇ, ਪਤਾ ਨਹੀਂ ਕਿਹੜੇ ਡਿਜੀਟਲ ਤਰੀਕੇ ਨਾਲ ਹੁੰਦਾ। ਇਹ ਮਨਮੱਤਾਂ ਨੇ, ਇਹ ਮੂਰਖਤਾਈਆਂ ਨੇ, ਕੋਈ ਸਿਆਣਪਾਂ ਨਹੀਂ ਹੈਗੀਆਂ। ਇਹ ਤਾਂ ਉਹ ਕੰਮ ਹੈ ਵੀ ਬਾਪੂ ਆਪਣਾ ਘਰ ਬੈਠਾ ਸਾਹਮਣੇ, ਉਹਨੂੰ ਤਾਂ ਵੇਖ ਕੇ ਚਲੇ ਗਏ, ਕਹਿੰਦੇ ਬਾਪੂ ਦੀ ਅਲਮਾਰੀ ਖੋਲੋ ਯਾਰ, ਬਾਪੂ ਦੇ ਕੱਪੜੇ, ਉਹਦੀ ਐਲਬਮ ਕਿੱਥੇ ਪਈ ਹੈ, ਉਹਦਾ ਖਜ਼ਾਨਾ ਕਿੱਥੇ ਪਿਆ, ਕੋਈ ਸਿਆਣਪ ਹੈ ਇਹ?
ਬੇਨਤੀ ਹੈ, ਜੇ ਕੋਈ ਇਹ ਕੰਮ ਕਰਦਾ ਉਹਨੂੰ ਬੇਨਤੀ ਕਰਿਆ ਕਰੋ ਵੀ ਸੱਚਖੰਡ ਕੀ ਹੈ? ਸੁੱਖ ਆਸਣ ਅਸਥਾਨ ਹੈ, ਸਤਿਗੁਰੂ ਬਿਰਾਜਮਾਨ ਨੇ, ਇੱਕ ਸ਼ਰਧਾ ਸਿੱਖ ਭਾਵਨਾ ਹੈ, ਸੱਚਖੰਡ ਸਾਹਿਬ ਹੈ, ਨਮਸਕਾਰ ਕਰਨੀ ਹੈ, ਬਾਹਰੋਂ ਕਰਨਾ, ਅੰਦਰ ਜਾਣ ਦਾ ਤਾਂ ਤੇਰੇ ਕੋਲ ਕੋਈ ਹੱਕ ਹੈ ਨਹੀਂ ਨਾ। ਜਿਵੇਂ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੋਤੀ ਜੋਤ ਸਮਾ ਗਏ, ਸਿੱਖ ਪਹਿਰੇ 'ਤੇ ਖੜ੍ਹੇ ਆ, ਕਹਿੰਦੇ ਅੰਦਰ ਨਹੀਂ ਜਾ, ਨਹੀਂ ਜਾਂਦਾ। ਤੁਸੀਂ ਕਹੋਗੇ ਦੁਨੀਆ ਮੱਥਾ ਟੇਕਦੀ ਆ ਜੀ, ਮੈਂ ਕਹਿੰਦਾ ਜੀ ਇਹ ਤੁਹਾਡੀ ਜ਼ਰੂਰਤ ਹੈਗੀ ਆ, ਅਕਾਲ ਤਖਤ ਸਾਹਿਬ 'ਤੇ ਜਾਓ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੁੱਖ ਆਸਣ ਅਸਥਾਨ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਸਤਿਗੁਰਾਂ ਦੇ ਸਰੂਪ ਜਾਂਦੇ ਆ, ਜਾ ਕੇ ਵਿਖਾ ਦਿਓ ਫਿਰ ਅੰਦਰ, ਇੱਕ ਕਦਮ ਪੱਟ ਕੇ ਵਿਖਾ ਦਿਓ, ਬਾਹਰੋਂ ਸੰਗਤਾਂ ਨਮਸਕਾਰ ਕਰ। ਜ਼ਰੂਰਤ ਨਹੀਂ ਕਿਸੇ ਦੀ, ਗੁਰੂ ਕੇ ਵਜ਼ੀਰ ਤੋਂ ਬਗੈਰ ਕੋਈ ਅੰਦਰ ਜਾਵੇ ਇਹ ਮਰਿਆਦਾ ਹੈ। ਸੱਚਖੰਡ ਸਾਹਿਬ ਕਿਉਂ ਜੰਗਲੇ ਲੱਗੇ ਹੁੰਦੇ ਗੁਰੂ ਘਰਾਂ 'ਚ? ਉਹ ਸਾਡੇ ਵਰਗੇ ਲੋਕ ਨਹਾਤੇ ਨਹੀਂ ਹੁੰਦੇ, ਧੋਤੇ ਨਹੀਂ ਹੁੰਦੇ, ਜਿਹੜਾ ਦੇਖਦਾ ਚੱਲ ਅੰਦਰ ਸਦਾ, ਇਸੇ ਲਈ ਜੰਗਲੇ ਲਾਏ ਹੁੰਦੇ ਵੀ ਬੰਦਿਆ ਗੁਰੂ ਨੂੰ ਨਮਸਕਾਰ ਕਰ। ਇੱਥੇ ਉਹੀ ਸਿੱਖ ਬੈਠਣਗੇ ਜਿਹੜੇ ਮਰਿਆਦਾ ਫੋਲੋ ਕਰਦੇ ਆ, ਗੁਰੂ ਦਾ ਸਤਿਕਾਰ ਕਰਦੇ ਆ, ਗੁਰੂ ਦੇ ਪ੍ਰੇਮ 'ਚ ਬਹਿੰਦੇ ਆ, ਸਮੇਂ ਸਿਰ ਮੁੱਖ ਵਾਕ ਲੈਂਦੇ। ਇਹ ਨਹੀਂ ਵੀ ਜਦੋਂ ਜੀ ਕੀਤਾ ਜਿਹਨੇ ਰੁਮਾਲਾ ਚੱਕ ਲਿਆ ਵੇਖ ਲਿਆ ਜੀ ਠੀਕ ਅਦਰ ਸ਼ੁਰੂ, ਇਹ ਭੇੜ ਚਾਲ ਹੈ ਲੋਕਾਂ ਦੀ, ਬਸ ਚੱਲੀ ਜਾਂਦਾ, ਸਮਝਾਉਣ ਵਾਲਾ ਕੋਈ ਹੈ ਨਹੀਂ। ਅਸੀਂ ਲੋਕ ਡਰਦੇ ਹਾਂ ਵੀ ਜੇ ਸਮਝਾਵਾਂਗੇ ਲੈ ਯਾਰ ਅਗਲਾ ਬੁਲਾਉਣੋਂ ਜਾਊ, ਸਾਨੂੰ ਲੱਖ ਨਾ ਬੁਲਾਵੇ ਯਾਰ, ਕੀ ਲੈਣਾ ਕਿਸੇ ਤੋਂ? ਗੁਰੂ ਨਾਨਕ ਸਾਹਿਬ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਇਸ ਅਸਥਾਨ ਦੇ ਅੰਦਰ ਸੀ। ਉਹ ਕਹਿੰਦੇ ਨਹੀਂ ਦਰਸ਼ਨ ਹੋ ਸਾਡੇ, ਕਹਿੰਦੇ ਕਰਾਂਗੇ ਅਸੀਂ, ਕਰਕੇ ਜਾਵਾਂਗੇ। ਮਰੀਦ ਆ ਸੱਚੇ ਪਾਤਸ਼ਾਹ ਦੇ, ਸਿੱਖਾਂ ਦੇ ਨਾਲ ਬੋਲ ਬੁਲਾਰਾ ਹੋ ਗਿਆ ਜੀ, ਬੋਲ ਬੁਲਾਰਾ। ਕਵੀ ਕਹਿੰਦੇ ਗੱਲ ਹਥਿਆਰਾਂ ਨੂੰ ਹੱਥ ਪਾਉਣ ਤੱਕ ਪਹੁੰਚ ਗਈ, ਇੱਥੋਂ ਤੱਕ ਗੱਲ ਆ। ਉਹ ਕਹਿੰਦੀ ਅਸੀਂ ਐਡੀ ਦੂਰੋਂ ਆਏ ਹਾਂ ਅਤੇ ਤੰਬੂ ਅੰਦਰ ਜਾਵਾਂਗੇ, ਅਸੀਂ ਤੰਬੂ ਪਾੜ ਦੇਵਾਂਗੇ, ਕਿਉਂਕਿ ਸਾਡੇ ਸਤਿਗੁਰੂ ਨੇ। ਹੁਣ ਸਤਿਗੁਰੂ ਤਾਂ ਸਾਰਿਆਂ ਦੇ ਹੀ ਨੇ ਨਾ, ਹੁਣ ਮੈਂ ਇਕੱਲਾ ਜਾ ਕੇ ਆਖਾਂ ਵੀ ਮੈਂ ਤੇ ਸੱਚਖੰਡ ਸਾਹਿਬ ਅੰਦਰ ਮੱਥਾ ਮਰਦ ਨੂੰ ਟੇਕੂ ਤੇ ਬਾਕੀ ਨਹੀਂ ਟੇਕਣਗੇ, ਕੀ ਗੱਲ ਬਾਈ ਤੂੰ ਖਾਸ ਹੈ? ਜਾਊ ਤੇ ਸਕਤ ਸਾਰੇ ਹੀ ਜਾਊ, ਨਹੀਂ ਕੋਈ ਵੀ ਨਹੀਂ ਜਾਊ। ਦੀਨ ਦੁਨੀਆ ਦੇ ਮਾਲਕ ਸਭ ਝਗੜਾ ਵੇਖ ਰਹੇ ਸੀ, ਅੰਤਰਜਾਮੀ ਸਤਿਗੁਰੂ ਸਭ ਕੁਝ ਸੁਣਦੇ ਹਨ। ਹੁੰਦੇ ਦੂਰ ਸੁਧ ਸੁਣ ਕਰ ਆਏ, ਅਬ ਨਿਰਾਸ ਹਮ ਕਿਉਂ ਕਰ ਜਾਏ। ਆਖਿਰਕਾਰ ਬਾਬਾ ਸ੍ਰੀ ਚੰਦ ਤੇ ਬਾਬਾ ਬੁੱਢਾ ਜੀ ਨੂੰ ਬੋਲਣਾ ਪਿਆ, ਹੱਥ ਜੋੜ ਕੇ ਕਹਿੰਦੇ ਗੁਰਮੁਖ ਧੱਕਾ ਨਾ ਕਰੋ ਭਾਈ, ਤੁਹਾਡਾ ਆਇਆ ਸਿਰ ਮੱਥੇ ਪ੍ਰਵਾਨ ਹੈ, ਸਾਨੂੰ ਵੀ ਅਫਸੋਸ ਹੈ ਤੁਸੀਂ ਸਮੇਂ ਸਿਰ ਨਹੀਂ ਪਹੁੰਚੇ। ਉਹ ਕਹਿੰਦੇ ਸਾਡੀ ਸ਼ਰਧਾ ਹੀ ਇੰਨੀ ਸੀ ਅਸੀਂ ਐਡੀ ਦੂਰੋਂ ਆਏ, ਪਛਤਾਵਾਂਗੇ, ਸਾਨੂੰ ਤਾਂ ਪਛਚਾਤਾਪ ਹੋਊਗਾ ਵੀ ਗੁਰੂ ਸਾਹਿਬ ਦੇ ਦਰਸ਼ਨ ਅਸੀਂ ਨਾ ਕਰ ਸਕੇ, ਸਾਰੀ ਜ਼ਿੰਦਗੀ ਪਛਤਾਵਾਂਗੇ। ਬਾਬਾ ਬੁੱਢਾ ਜੀ ਨੇ ਬੜੇ ਅਦਬ ਸਹਿਤ ਆਖਿਆ, ਕਹਿੰਦੇ ਇੱਦਾਂ ਕਰੋ, ਗੁਰੂ ਅੰਗ ਸੰਗ ਨੇ, ਗੁਰੂ ਪਰਮਾਤਮਾ ਨੇ ਇਸ ਕਨਾਤ ਨੂੰ ਮੱਥਾ ਟੇਕ ਲਓ, ਤੁਹਾਡੀ ਤਾਂ ਨਮਸਕਾਰ ਕਬੂਲੀਗੀ ਜਦੋਂ ਤੁਸੀਂ ਦਰਤੀ ਆ ਗਏ। ਜਦੋਂ ਗੁਰੂ ਘਰ ਹੀ ਆਪਾਂ ਆ ਗਏ, ਇੱਕ ਕਦਮ ਰੱਖ ਲਿਆ, ਪੈਰ ਧੋਲੇ ਚਰਨ ਗੰਗਾ 'ਤੇ, ਹਾਜ਼ਰੀ ਤਾਂ ਲੱਗ ਗਈ, ਗੁਰੂ ਦੇ ਵਿਹੜੇ ਆ ਗਏ, ਸਤਿਗੁਰੂ ਦੇ ਘਰੇ ਆ ਗਏ। ਤੁਸੀਂ ਕਿਸੇ ਦੇ ਘਰ ਜਾ ਕੇ ਡੋਰ ਬੈਲ ਕਰਕੇ ਵਾਪਸ ਚਲੇ ਜਾਓ, ਘਰਦਿਆਂ ਤੁਹਾਨੂੰ ਵੇਖ ਲਿਆ, ਅਤੇ ਇਹਨੇ 'ਚ ਵੀ ਮੰਨਿਆ ਜਾਂਦਾ ਵੀ ਫਲਾਣਾ ਆਇਆ ਸੀ, ਆ ਕੇ ਮੁੜ ਗਿਆ, ਪਰ ਆਇਆ ਸੀ, ਆਇਆ ਸੀ, ਡਾਕੀਆ ਆਇਆ, ਕੋਰੀਅਰ ਵਾਲਾ ਆਇਆ, ਦਰਵਾਜ਼ੇ 'ਤੇ ਆਇਆ, ਮੰਨਿਆ ਗਿਆ ਨਾ ਆਇਆ। ਅਤੇ ਸਿੱਖਾ ਜਦ ਤੂੰ ਗੁਰੂ ਦੇ ਵਿਹੜੇ ਆ ਗਿਆ ਨਾ, ਤੂੰ ਭਾਵੇਂ ਪਿੱਛੇ ਖੜ੍ਹ ਜਾ, ਭਾਵੇਂ ਅੰਦਰ ਆ ਜਾ, ਭਾਵੇਂ ਇੱਕ ਘੰਟਾ ਬਹਿ ਜਾ, ਭਾਵੇਂ ਦੋ ਪਲ ਬਹਿ ਜਾ, ਹਾਜ਼ਰੀ ਤੇਰੀ ਲੱਗ ਗਈ, ਤੂੰ ਗੁਰੂ ਦੇ ਦੁਆਰੇ ਆਇਆ, ਸਤਨਾਮ। ਉਹ ਮੰਨਿਆ ਗਿਆ ਗੁਰੂ ਕੋਲ, ਪਰ ਮੁਸਲਮਾਨ ਕਿਸੇ ਦੀ ਵੀ ਨਹੀਂ ਮੰਨ ਰਹੇ ਵੀਰ ਕਿ ਮਾੜੇ ਨਹੀਂ ਨੇ,
ਪਿਆਰ ਵਾਲੇ ਆ। ਬਾਬਾ ਸ੍ਰੀ ਚੰਦ ਨਾਲ ਉਲਝਣ ਲੱਗ ਪਏ, ਕਹਿੰਦੇ ਤੁਸੀਂ ਗੁਰੂ ਪੁੱਤਰ ਹੋ, ਤੁਸੀਂ ਤਾਂ ਆਗਿਆ ਦੇ ਦਿਓ ਸਾਨੂੰ, ਤੁਸੀਂ ਜਾਣ ਕੇ ਨਹੀਂ ਸਾਨੂੰ ਅੰਦਰ ਜਾਣ ਦਿੰਦੇ, ਐਡੀ ਦੂਰੋਂ ਅਸੀਂ ਚੱਲ ਕੇ ਆਏ ਆ, ਸਾਡੀ ਭਾਵਨਾ ਦਾ ਖਿਲਵਾੜ ਹੋ ਰਿਹਾ, ਸਾਡੇ ਬਾਰੇ ਸੋਚੋ। ਭੰਨਿਓ ਸਿੱਖ ਅਸ ਹੱਠ ਨਾ ਕਰੀਏ, ਦਰਸ਼ਨ ਕਰਨ ਸਮਾਨਾ ਵਿਚਰੀਏ। ਫਿਰ ਉਹਨਾਂ ਸਿੱਖਾਂ ਤੇ ਬਾਬਾ ਬੁੱਢਾ ਜੀ ਭਾਈ ਸਧਾਰਨ ਜੀ ਨੇ ਸਮਝਾਇਆ, ਕਹਿੰਦੇ ਪਿਆਰਿਓ ਹੱਠ ਨਾ ਕਰੋ, ਬੇਨਤੀ ਪ੍ਰਵਾਨ ਕਰੋ, ਇਹ ਕਿਹੜਾ ਸਾਡੀ ਮਰਜ਼ੀ ਹੈ, ਤੁਸੀਂ ਸਾਡੇ ਨਾਲ ਲੜ ਰਹੇ ਹੋ, ਸਾਡੇ ਨਾਲ ਲੜੋ, ਜਮ ਜਮ ਲੜੋ ਜੇ ਅਸੀਂ ਮਰਜ਼ੀ ਕਰੀਏ, ਵੀ ਬਾਕੀ ਜਾਣਗੇ ਅਸੀਂ ਤੁਹਾਨੂੰ ਨਹੀਂ ਜਾਣ, ਫਿਰ ਤਾਂ ਹੋ ਗਈ ਮਰਜ਼ੀ। ਮੰਨ ਲਓ ਆਪਾਂ ਕਿਸੇ ਧਾਰਮਿਕ ਸਥਾਨ 'ਤੇ ਗਏ ਹਾਂ, ਬਾਹਰ ਖੜਾ ਪਹਿਰੇਦਾਰ ਉਹ ਆਪਣੇ ਖਾਸ ਖਾਸ ਪਤੇ 'ਤੇ ਅੰਦਰ ਵਾੜੀ ਜਾਂਦਾ, ਤੁਹਾਡੀ ਵਾਰੀ ਕਹਿੰਦਾ ਨਹੀਂ ਨਹੀਂ ਲਾਈਨ 'ਚ ਲੱਗੋ, ਫਿਰ ਤਾਂ ਛਿੱਤਰਾਂ ਦਾ ਅਧਿਕਾਰੀ ਹੈ ਨਾ ਉਹ, ਫਿਰ ਤਾਂ ਹੈ ਬਦਨਾਮੀ ਦਾ। ਹਾਂ ਅਸੂਲ ਇੱਕ ਹੈ, ਭਾਵੇਂ ਉਹਦਾ ਆਪਣਾ ਪਿਓ ਵੀ ਆ ਜੇ ਕਹਿੰਦਾ ਨਹੀਂ ਲਾਈਨ ਲੱਗ, ਉੱਪਰ ਦੀ ਆ ਤੁਹਾਨੂੰ, ਫਿਰ ਰੌਲਾ ਹੀ ਕੋਈ। ਰੌਲਾ ਕਦੋਂ ਹੁੰਦਾ? ਪੱਖਪਾਤ ਵਿੱਚ। ਤੁਸੀਂ ਕਿਸੇ ਧਾਰਮਿਕ ਸਥਾਨ 'ਤੇ ਚਲ ਜਾਓ, ਤੁਹਾਨੂੰ ਉੱਥੇ ਇੱਦਾਂ ਦੇ ਬੰਦੇ ਮਿਲ ਜਾਣਗੇ, ਉਹ ਖਾਸ ਖਾਸ ਨੂੰ ਕਹਿੰਦੇ ਆ ਪਿਆਰਿਆ ਲੰਘ ਜਾ, ਕੋਈ ਦੇਖੇ ਨਾ, ਦੂਜੇ ਨੂੰ ਕਹਿੰਦਾ ਉੱਪਰ ਦੀ ਆ ਲਾਈ। ਇਹ ਕੀ ਹੈ? ਇਹ ਫਿਰ ਇੱਥੇ ਕੰਮ ਸੇਵਾ ਪਾਣੀ ਵਾਲਾ ਹੀ ਨਹੀਂ, ਇਹ ਤਾਂ ਕੋਈ ਮਰਿਆਦਾ ਨਾ ਹੋਈ, ਇਹ ਤਾਂ ਮਰਜ਼ੀ ਹੈ। ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਸਾਰਾ ਝਗੜਾ ਸੁਣ ਰਹੇ ਨੇ, ਭਾਵੇਂ ਸਰੀਰ ਛੱਡ ਗਏ, ਪਰ ਮੁਸਲਮਾਨ ਮੰਨਣ ਦਾ ਨਾਂ ਨਹੀਂ ਲੈਂਦੇ। ਕਹਿੰਦੇ ਸੈਂਕੜੇ ਮੁਸਲਮਾਨ ਇਕੱਠੇ ਹੋਏ, ਸੈਂਕੜੇ ਸੰਗਤਾਂ ਰੋਂਦੀਆਂ ਚੁੱਪ ਹੋ ਗਈਆਂ ਜੀ, ਇੱਕ ਪਾਸੇ ਹੋ ਗਏ, ਡਰ ਪੈ ਗਿਆ ਕਿਤੇ ਲੜਾਈ ਨਾ ਹੋ ਜਾਵੇ, ਮੰਨਣ ਨੂੰ ਕੋਈ ਤਿਆਰ ਨਹੀਂ, ਨਾ ਸਿੱਖਾਂ ਦੀ ਮੁਸਲਮਾਨ ਮੰਨਦੇ, ਨਾ ਮੁਸਲਮਾਨਾਂ ਦੀ ਸਿੱਖ ਮੰਨਦੇ, ਝਗੜੇ ਵਾਲਾ ਕੰਮ ਹੋ ਗਿਆ। ਤੁਮ ਜੇ ਅਗੇਰੇ ਆਵਤ ਤੁਰਨ, ਕਰ ਲੇਤੇ ਦਰਸ਼ਨ ਗੁਰਪੂਰਨ। ਵਿੱਚ ਵਿਚਾਲੇ ਕਿਸੇ ਨੇ ਕਿਹਾ ਵੀ ਇਹ ਮੁਸਲਮਾਨ ਨੇ ਤਾਂ ਨਹੀਂ ਦਰਸ਼ਨ ਹੁੰਦੇ, ਇਹ ਕੀ ਸੀ? ਇਹੀ ਤੇ ਗੱਲ ਹੈ, ਕਈ ਵਾਰ ਛੋਟੀਆਂ ਛੋਟੀਆਂ ਗੱਲਾਂ ਵਿੱਚ ਕੋਈ ਪਿੱਛੋਂ ਆਉਂਦਾ ਬੰਦਾ ਫਸਾਦ ਪਾ ਜਾਂਦਾ ਹੈ। ਹੁਣ ਮੰਨ ਲਓ ਦੋਨੇ ਪਾਸੇ ਖੜ੍ਹੇ, ਪਹਿਰੇਦਾਰ ਖੜ੍ਹੇ ਆ, ਮੁਸਲਮਾਨ ਸ਼ਰਤ ਵਾਲੇ ਖੜ੍ਹੇ ਆ, ਹੁਣ ਪਿੱਛੋਂ ਪਤਾ ਨਹੀਂ ਕਿਹਨੇ ਆ ਕੇ ਕਹਿਤਾ ਵੀ ਇਹ ਮੁਸਲਮਾਨ ਨੇ ਜੀ, ਤਾਂ ਨਹੀਂ ਜਾਣ ਦਿੰਦੇ, ਫਿਰ ਬਣ ਗਈ ਨਾ ਲੜਾਈ, ਵੈਰ ਵਿਰੋਧ ਹੋ ਗਿਆ ਨਾ। ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਸੁਣਦੇ ਸੀ ਸਾਰਾ ਕੁਛ, ਸਿੱਖਾਂ ਨੇ ਬੇਨਤੀ ਕੀਤੀ, ਕਹਿੰਦੇ ਜੀ ਜੇ ਹੁਣ ਬਾਬਾ ਸ੍ਰੀ ਚੰਦ ਵੀ ਕਹਿਣਾ ਸੀ ਅੰਦਰ ਜਾਣਾ, ਇਹ ਵੀ ਨਹੀਂ ਜਾ ਸਕਦੇ, ਗੁਰੂ ਨਾਨਕ ਸਾਹਿਬ ਦਾ ਹੁਕਮ ਹੈ, ਮਿਟਿਆ ਨਹੀਂ ਜਾ ਸਕਦਾ। ਬਾਬਾ ਬੁੱਢਾ ਜੀ ਵੀ ਅੰਦਰ ਨਹੀਂ ਜਾ ਸਕਦੇ, ਭਾਈ ਸਧਾਰਨ ਸਤਿਗੁਰਾਂ ਦੇ ਹਜ਼ੂਰੀ ਸਿੱਖ ਉਹ ਵੀ ਨਹੀਂ ਜਾ ਸਕਦੇ, ਮਤਲਬ ਕੋਈ ਤੇ ਕੋਈ ਵੀ ਨਹੀਂ ਜਾਏਗਾ, ਕੋਈ ਵੀ ਨਹੀਂ ਜਾ ਸਕਦਾ। ਇਹ ਸਖ਼ਤ ਪਾਬੰਦੀ ਸੀ ਗੁਰੂ ਨਾਨਕ ਸਾਹਿਬ ਦੀ, ਜੋਤੀ ਜੋਤ ਸਮਾਉਣ ਤੋਂ ਬਾਅਦ ਕਹਿੰਦੇ ਕਿ ਸਾਡਾ ਤੁਹਾਡਾ ਰੌਲਾ ਹੀ ਕੋਈ ਨਹੀਂ, ਤੁਸੀਂ ਸਾਡੇ ਗੁਰਭਾਈ ਹੋ, ਚੱਲ ਕੇ ਆਇਓ, ਜੀ ਆਇਆ ਸਾਨੂੰ ਵੀ ਅਫਸੋਸ ਹੈ ਤੁਸੀਂ ਦੇਰੀ ਨਾਲ ਆਏ ਹੋ, ਤੁਹਾਨੂੰ ਸਤਿਗੁਰਾਂ ਦੇ ਦੀਦਾਰ ਨਹੀਂ ਹੋਏ, ਪਹਿਲਾਂ ਸੱਚੇ ਪਾਤਸ਼ਾਹ ਇੱਥੇ ਤਾਂ ਬੈਠੇ ਸੀ, ਇੱਕ ਘੜੀ ਪਹਿਲਾਂ ਆ ਜਾਂਦੇ, ਮਰਦ ਇੱਥੇ ਸੀ ਨਾ, ਉਦੋਂ ਤਾਂ ਛੁਪੇ ਨਹੀਂ ਸੀ ਹੋਏ, ਜਾਂ ਅਸੀਂ ਪਰਦਾ ਨਹੀਂ ਸੀ ਲਾਇਆ ਹੋਇਆ ਵੀ ਮੁਸਲਮਾਨਾਂ ਨੂੰ ਦਰਸ਼ਨ ਨਹੀਂ ਕਰਾਉਣੇ, ਪਰ ਵਿੱਚ ਕਈ ਇਹੋ ਜਿਹੇ ਬੰਦੇ ਹੁੰਦੇ ਜਿਹੜੇ ਬੇਵਜ੍ਹਾ ਭਾਂਬੜ ਮਚਾ ਕੇ ਲੰਘ ਜਾਂਦੇ। ਇਹ ਗੱਲ ਬਹੁਤ ਵੱਡੀ ਵੱਧ ਗਈ, ਕਨਾਤ ਦੇ ਆਸੇ ਪਾਸੇ ਸਿੱਖਾਂ ਨੇ ਪਹਿਰਾ ਹੋਰ ਸਖ਼ਤ ਕਰ ਦਿੱਤਾ, ਉਹ ਹੁਣ ਵੇਖਦੇ ਆ ਵੀ ਕਿਵੇਂ ਨਾ ਕਿਵੇਂ ਚੋਰ ਮੋਰੀ ਲਾਈ ਜਾਵੇ ਇਸ ਕਨਾਤ, ਗੱਲ ਵਧਾ ਲਈ ਆ ਹੁਣ, ਇਹ ਸਾਨੂੰ ਰੋਕਣਗੇ ਕਦ ਤੱਕ? ਰੋਕਣਗੇ ਕਨਾਤ ਪਾੜ ਕੇ ਅਸੀਂ ਅੰਦਰ ਜਾਵਾਂਗੇ। ਅਬ ਬੰਧਨ ਕਰ ਲਿਓ ਇਸ ਥਾਈ, ਦੁੱਖ ਨਿਕੰਦਨ ਹੈ ਸਭ ਜਾਈ। ਬੀਬੀ ਸੁਲੱਖਣੀ ਜੀ ਨੇ ਵੀ ਹੱਥ ਜੋੜ ਕੇ ਬੇਨਤੀ ਕੀਤੀ, ਵੀਰੋ
ਗੁਰੂ ਨਾਨਕ ਸਾਹਿਬ ਅੰਤਰਜਾਮੀ ਨੇ, ਪਰਿਪੂਰਨ ਪਰਮਾਤਮਾ ਨੇ, ਨਿਰੰਕਾਰ ਖੁਦਾ ਅੱਲਾ ਨੇ, ਤੁਸੀਂ ਇੱਥੇ ਹੀ ਮੱਥਾ ਟੇਕ ਲਓ, ਤੁਹਾਨੂੰ ਦਰਸ਼ਨਾਂ ਦਾ ਫਲ ਮਿਲੇ। ਇੱਥੇ ਨਮਸਕਾਰ ਕਰ। ਉਹ ਨਹੀਂ ਮੰਨਦੇ ਕਿਉਂਕਿ ਹੁਣ ਪਹਿਲਾਂ ਵਾਲੀ ਆਪਣੀ ਮੱਤ ਨਹੀਂ ਰਹੀ। ਕਈ ਵਾਰ ਨਾ ਅਸੀਂ ਲੜਨਾ ਸ਼ੁਰੂ ਕਰਦੇ ਹਾਂ, ਲੜਾਈ ਸ਼ੁਰੂ ਕਰਨ ਵੇਲੇ ਤਾਂ ਸਾਡੀ ਆਪਣੀ ਅਕਲ ਹੁੰਦੀ ਹੈ, ਉਦੋਂ ਸਾਡੇ ਕੋਲ ਸਾਡੀ ਮੱਤ ਹੁੰਦੀ ਵੀ ਮੈਂ ਫਟੇ ਚੱਕ ਦੂੰ, ਮੈਂ ਹਰਾ ਦੂੰ ਇਹਨੂੰ। ਅਤੇ ਜਦੋਂ ਵਿੱਚ ਦੂਜਾ ਤੀਜਾ ਕੇ ਸਲਾਹ ਦੇ ਜਾਂਦਾ ਸੀ, ਆਪਣੀ ਮੱਤ ਪਰੇ ਕਰਕੇ ਉਹਦੇ ਹਿਸਾਬ ਨਾਲ ਲੜਨ ਲੱਗ ਪੈਂਦੇ ਹਾਂ ਵੀ ਜੋ ਉਹਨੂੰ ਚੰਗਾ ਲੱਗੇ। ਉਹ 'ਚ ਹੁੰਦਾ ਕੀ ਹੈ, ਗੱਲ ਵੱਧ ਜਾਂਦੀ ਹੈ। ਅਤੇ ਜਿਹੜਾ ਉਹ ਖੜਾ ਸੀ ਕੋਲੇ ਜਿਹਨੂੰ ਚੰਗਾ ਲੱਗੇ, ਉਹ ਦੋਨੇ ਪਾਸੇ ਸਵਾਦ ਲੈਂਦਾ, ਕਹਿੰਦਾ ਹੁਣ ਆਊ ਨਜ਼ਾਰਾ, ਲੈਣਗੀਆਂ ਪੱਗਾਂ, ਹੋਣਗੇ ਡਾਂਗੋ ਡਾਂਗੀ, ਕੋਈ ਗੱਲ ਨਹੀਂ, ਅੱਧਾ ਘੰਟਾ ਇੰਟਰਟੇਨਮੈਂਟ ਸੀ। ਕਿਉਂਕਿ ਦੋਨੇ ਬੰਦੇ ਲੜਨ ਵਾਲੇ ਆਪਣੀ ਗੱਲ ਛੱਡ ਕੇ, ਉਹ ਕਹਿੰਦਾ ਮੈਂ ਸੱਚਾ, ਉਹਨੂੰ ਦਿਖਾਉਂਦਾ ਕਹਿੰਦਾ ਮੈਂ ਸੱਚਾ। ਬੀਬੀ ਸੁਲੱਖਣੀ ਜੀ ਨੇ ਬੇਨਤੀ ਕੀਤੀ, ਤਰਲਾ ਹੀ ਕੀਤਾ, ਕਹਿੰਦੇ ਸਾਨੂੰ ਵੀ ਅਫਸੋਸ ਹੈ, ਤੁਸੀਂ ਦੇਰੀ ਨਾਲ ਆਏ ਹੋ, ਪਰ ਤੁਹਾਡਾ ਆਉਣਾ ਸਿਰ ਮੱਥੇ ਪ੍ਰਵਾਨ ਹੈ, ਨਮਸਕਾਰ ਹੈ, ਲੰਗਰ 'ਚੋਂ ਭੋਜਨ ਛੱਕ ਲਓ, ਆਓ ਇੱਥੇ ਬੈਠੋ, ਜਿਵੇਂ ਜਿਵੇਂ ਅੱਗੇ ਪ੍ਰਕਿਰਿਆ ਹੋਊਗੀ ਸੰਗਤ ਨਾਲ ਨਿਭਾਇਓ, ਕਿਉਂਕਿ ਸੰਸਕਾਰ ਤਾਂ ਹੋਣਾ ਹੀ ਹੋਣਾ, ਦਰਸ਼ਨ ਫਿਰ ਕਰ ਲਿਓ। ਵੀ ਜਦ ਸੰਸਕਾਰ ਦੀ ਖੇਡ ਵਰਤੇਗੀ, ਉਦੋਂ ਸਾਰੀ ਸੰਗਤ ਨੇ ਦਰਸ਼ਨ ਕਰਨੇ, ਤੁਸੀਂ ਵੀ ਕਰ ਲਿਓ। ਪਰ ਗੱਲ ਹੁਣ ਉਹ ਨਹੀਂ ਨਾ ਰਹੀ ਦਰਸ਼ਨਾਂ ਦੀ, ਗੱਲ ਤਾਂ ਇਹ ਹੋ ਗਈ ਵੀ ਅਸੀਂ ਅਫਗਾਨਿਸਤਾਨ ਤੋਂ ਚੱਲ ਕੇ ਆਏ ਹਾਂ, ਸਾਨੂੰ ਰੋਕਣ ਵਾਲਾ ਕੌਣ ਹੋ ਸਕਦਾ, ਅਸੀਂ ਵੀ ਤਾਂ ਗੁਰੂ ਨਾਨਕ ਦੇ ਮੁਰੀਦ ਹਾਂ। ਰੌਲਾ ਤਾਂ ਇਹ ਬਣ ਗਿਆ ਨਾ ਹੁਣ, ਈਗੋ ਹਟ ਗਿਆ, ਬੇਸ ਬਦਲ ਗਿਆ, ਗੱਲ ਜਿਹੜੇ ਰਾਹ 'ਤੇ ਆਈ ਸੀ ਉੱਥੋਂ ਇੱਕ ਪਾਸੇ ਹਟ ਗਈ ਹੈ। ਬੀਬੀ ਜੀ ਨੇ ਵੀ ਤਰਲੇ ਕੀਤੇ, ਸੰਗਤਾਂ ਨੇ ਵੀ ਕੀਤੇ ਵੀ ਭਾਈ ਤੁਸੀਂ ਕਾਹਲੀ ਨਾ ਕਰੋ, ਕਿ ਵੈਰਾਗ ਦਾ ਸਮਾਂ, ਸਤਿਗੁਰੂ ਜੋਤੀ ਜੋਤ ਸਮਾ ਗਏ ਨੇ, ਹੁਣ ਅੰਦਰ ਜਾਣ ਦਾ ਤਾਂ ਫਾਇਦਾ ਹੀ ਕੋਈ, ਸਿਰਫ ਸਤਿਗੁਰਾਂ ਦਾ ਪੰਜ ਭੂਤਕ ਸਰੀਰ ਵਿਰਾਜਮਾਨ ਹੈ, ਉਸ ਸਰੀਰ ਨਾਲ ਛੇੜਛਾੜ ਕਰਨੀ, ਚਾਦਰ ਲਾਉਣੀ, ਇਹ ਗੁਨਾਹ ਹੋਏਗਾ। ਹਮਰੋ ਬਚਨ ਮਾਨ ਤੁਮ ਲੀਜੈ, ਨੀਕੇ ਹਿਰਦੇ ਵਿਚਾਰ ਕਰੀਜੈ। ਆਖਰਕਾਰ ਸਿਆਣੇ ਸਿਆਣੇ ਗੁਰਸਿੱਖ ਇਕੱਠੇ ਹੋਏ ਜੀ, ਸਮਝਦਾਰ ਰੌਲੇ ਤੋਂ ਪਰੇ ਹੋ ਕੇ ਉਹਨਾਂ ਚਾਰ ਮੁਸਲਮਾਨ ਭਰਾਵਾਂ ਨੂੰ ਕੋਲ ਬਿਠਾਇਆ, ਗੱਲ ਸਮਝਾਈ, ਕਹਿੰਦੇ ਤੁਹਾਡਾ ਸਾਡਾ ਰੌਲਾ ਹੀ ਕੋਈ ਨਹੀਂ, ਗੁਰੂ ਪਾਤਸ਼ਾਹ ਆਪਣੇ ਸਾਂਝੇ ਨੇ, ਆਓ ਆਪਾਂ ਰਲ ਮਿਲ ਕੇ ਸਤਿਗੁਰਾਂ ਦਾ ਹੁਕਮ ਵਜਾਈਏ ਅਤੇ ਸੰਸਕਾਰ ਦੀ ਤਿਆਰੀ ਕਰੀਏ, ਦਰਸ਼ਨ ਉਦੋਂ ਵੀ ਹੋ ਜਾਣੇ, ਸਾਰੀ ਪ੍ਰਕਿਰਿਆ ਹੋਏ। ਉਹ ਕਹਿੰਦੇ ਨੇ ਤੁਸੀਂ ਸਾਨੂੰ ਦਰਸ਼ਨਾਂ ਤੋਂ ਰੋਕਿਆ, ਤੁਸੀਂ ਸਾਨੂੰ ਦੀਦਾਰਾਂ ਤੋਂ ਵਾਂਝੇ ਕੀਤਾ, ਤੁਹਾਡੀ ਵਜ੍ਹਾ ਕਰਕੇ ਅੱਜ ਅਸੀਂ ਦੁਖੀ ਹਾਂ। ਖਾਨ ਕਹੇ ਹਮ ਮਾਨੇ ਨਾਹੀਂ, ਇਹਦੀ ਬਾਤ ਬਨਾਵੋ ਕਾਹੀ। ਆਖਰਕਾਰ ਜਿਹੜੇ ਖਾਨ ਪਠਾਨ ਸੀ ਗਰਮ ਹੋ ਗਏ, ਕਹਿੰਦੇ ਗੱਲਾਂ ਨਾ ਬਣਾਓ। ਸਿੱਖਾਂ ਨੂੰ ਕਹਿਣ ਲੱਗ, ਦੇਖੋ ਹੁਣ ਗੱਲ ਸ਼ਰਧਾ ਸ਼ਰਧਾ ਦੀ ਤਾਂ ਦੂਰ ਗਈ, ਤੁਸੀਂ ਗੱਲਾਂ ਬਣਾ ਕੇ ਸਾਨੂੰ ਨਾ ਉਲਝਾਓ, ਸਾਨੂੰ ਨਾ ਸਿਖਾਓ ਵੀ ਕੀ ਹੋਣਾ ਹੈ, ਸਾਨੂੰ ਨਹੀਂ ਪਤਾ ਕਿ ਗੁਰੂ ਨਾਨਕ ਸਾਹਿਬ ਨਾਲ ਸਾਡਾ ਪਿਆਰ ਨਹੀਂ। ਉਹ ਕਹਿੰਦੇ ਗੁਰੂ ਨਾਨਕ ਸਾਡੇ ਅਤੇ ਸਿੱਖ ਕਹਿੰਦੇ ਸਾਡੇ। ਹੁਣ ਗੱਲ ਦਰਸ਼ਨਾਂ ਦੀ ਨਹੀਂ ਰਹੀ, ਹੁਣ ਗੱਲ ਕਬਜ਼ੇ ਵਾਲੀ ਹੋ ਗਈ, ਹੁਣ ਤਾਂ ਧਿਰਾਂ ਬਣ ਗਈਆਂ ਦੋ। ਖਾਨ ਪਠਾਨ ਕਹਿੰਦੇ ਸਾਨੂੰ ਮਤ ਨਾ ਦਿਓ, ਸਾਨੂੰ ਨਾ ਸਿਖਾਓ, ਅਸੀਂ ਕੀ ਕਰਨਾ ਹੈ, ਤੁਹਾਡੇ ਨਾਲੋਂ ਵੱਧ ਸਤਿਗੁਰਾਂ ਨਾਲ ਸਾਡਾ ਪ੍ਰੇਮ ਸੀ, ਇਹੀ ਤਾਂ ਭਰਮ ਹੁੰਦਾ, ਇਹੀ ਤਾਂ ਖੇਡ ਹੈ ਗੁਰੂ ਦੀ। ਗੁਰੂ ਨਾਨਕ ਸਾਹਿਬ ਦਾ ਪਿਆਰ ਸਾਰਿਆਂ ਨਾਲ ਇੱਕੋ ਜਿਹਾ, ਇੱਕ ਕਹਿੰਦਾ ਮੈਨੂੰ ਵੱਧ ਵੱਧ ਪਿਆਰ ਕਰਦੇ, ਦੂਜਾ ਭਰਾ ਕਹਿੰਦਾ ਮੈਨੂੰ ਸਤਿਗੁਰੂ ਬਹੁਤ ਪਿਆਰ ਕਰਦੇ, ਸਤਿਗੁਰੂ ਸਾਰਿਆਂ ਨੂੰ ਹੀ ਕਰਦੇ ਆ, ਇਹੀ ਤਾਂ ਵਡੱਪਣ ਹੁੰਦਾ ਨਾ। ਉਹ ਕਹਿੰਦੇ ਸਾਨੂੰ ਮਤ ਨਾ ਦਿਓ, ਸਾਨੂੰ ਅਕਲ ਨਾ ਦਿਓ, ਸਾਨੂੰ ਗਿਆਨ ਨਾ ਦਿਓ, ਅਸੀਂ ਸੋਚਾਂਗੇ ਅਸੀਂ ਕੀ ਕਰਨਾ। ਰੌਲਾ ਵੱਧ ਗਿਆ ਜੀ, ਬਾਬਾ ਸ਼੍ਰੀ ਚੰਦ, ਬਾਬਾ
ਲਖਮੀ ਦਾਸ ਬਾਬਾ ਬੁੱਢਾ ਜੀ ਆਪਸ ਗੱਲ ਕਰਦੇ ਆ, ਕਹਿੰਦੇ ਹੁਣ ਕਰੀਏ ਪ੍ਰਬੰਧਕ ਤੇ ਆਪਾਂ ਹੀ ਆ, ਇਹ ਤੇ ਹੁਣ ਦੂਜੇ ਪਾਸੇ ਹੋਏ ਖੜੇ ਆ, ਸ਼ਸਤਰ ਇਹ ਪਾਈ ਫਿਰਦੇ ਆ, ਤਲਵਾਰਾਂ ਇਹ ਚੱਕੀ ਫਿਰਦੇ ਆ, ਇਹਨਾਂ ਅੱਗੇ ਆਪਾਂ ਕੀ ਆ? ਇਹ ਗੁੱਸੇ 'ਚ ਆਏ ਤੰਬੂ ਪਾੜ ਦੇਣਗੇ ਜਾਂ ਸਿੱਖਾਂ ਨਾਲ ਉਲਝ ਜਾਣਗੇ, ਖੂਨ ਖਰਾਬਾ ਹੋ ਜੂ ਇੱਥੇ। ਉਹ ਕਹਿੰਦੇ ਸਾਨੂੰ ਮਤ ਨਾ ਦਿਓ, ਤੁਸੀਂ ਗੱਲਾਂ ਬਣਾਉਂਦੇ ਹੋ, ਸਿੱਖਾਂ ਨੂੰ ਕਹਿਣ ਲੱਗ ਗਏ ਤੁਸੀਂ ਗੱਲਾਂ ਬਣਾ ਰਹੇ ਹੋ ਕੋਲੋ, ਗੁਰੂ ਸਾਹਿਬ ਨੇ ਐਸਾ ਕੁਛ ਕਿਹਾ ਹੀ ਨਹੀਂ, ਲੜਾਈ ਕਾਹਦੀ ਸੀ ਜੀ, ਕਾਹਦੀ ਬਣ ਗਈ? ਬਸ ਸਿਆਣਾ ਬੰਦਾ ਇਹੀ ਵੇਖਦਾ ਵੀ ਲੜਾਈ ਸ਼ੁਰੂ ਕਿੱਥੋਂ ਹੋਈ ਸੀ, ਹੁਣ ਕਿੱਥੇ ਆ ਗਈ, ਜਾਊਗੀ ਕਿੱਥੇ, ਐਂਡ ਕੀ ਹੋਊਗਾ, ਉਹ ਸਕ੍ਰਿਪਟ ਪਹਿਲਾਂ ਹੀ ਵੇਖ ਲਈਏ। ਬਾਬਾ ਬੁੱਢਾ ਜੀ ਜਾਣ ਕੇ ਵੀ ਲੜਾਈ ਦਾ ਰੂਪ ਬਦਲ ਗਿਆ, ਇਹ ਹੁਣ ਸਾਰਿਆਂ ਪਹਿਰੇਦਾਰਾਂ ਨੂੰ ਆਖਣ ਲੱਗ ਗਏ ਵੀ ਅਸੀਂ ਮੁਸਲਮਾਨ ਹਾਂ, ਸਾਡੇ ਨਾਲ ਵਿਤਕਰਾ ਤਾਂ ਤੁਸੀਂ ਹੱਕ ਜਿਤਾਉਂਦੇ ਹੋ ਵੀ ਗੁਰੂ ਨਾਨਕ ਸਾਡੇ ਆ। ਉਹ ਕਹਿੰਦੇ ਸਾਡੇ ਵੀ ਹੁੰਦੇ, ਤੁਸੀਂ ਸਾਨੂੰ ਰੋਕ ਨਹੀਂ ਸਕਦੇ। ਹੋ ਟਿਕ ਦਰਸ ਹੋ ਜਿਉ ਤੁਮ ਨੀਕੇ, ਜੋ ਹਮ ਜਾਵੇ ਪੀਰ ਨਜੀਕੇ। ਸਿੱਖਾਂ ਨੂੰ ਜਦੋਂ ਉਹਨਾਂ ਧਮਕੀ ਦੇਤੀ, ਕਹਿੰਦੇ ਤੁਸੀਂ ਸਾਨੂੰ ਰੋਕ ਨਹੀਂ ਸਕਦੇ, ਅਸੀਂ ਤੁਹਾਡੇ ਗੁਰੂ ਦੇ ਦਰਸ਼ਨ ਨਹੀਂ ਕਰਨੇ, ਅਸੀਂ ਆਪਣੇ ਪੀਰ ਦੇ ਦਰਸ਼ਨ ਕਰਨੇ ਆ, ਸਾਨੂੰ ਸਾਡੇ ਪੀਰ ਨਾਲੋਂ ਮਿਲਣ ਤੋਂ ਰੋਕ ਹੀ ਨਹੀਂ ਕੋਈ ਸਕਦਾ, ਸਦਨਾ ਕਰੀਏ ਕੀ? ਅਗਲੇ ਕਹਿੰਦੇ ਅਸੀਂ ਆਪਣੇ ਪੀਰ ਨੂੰ ਮਿਲਣਾ, ਰੋਕ ਕੇ ਵਿਖਾਓ। ਸਿੱਖ ਕਹਿੰਦੇ ਸਾਡੇ ਗੁਰੂ ਦਾ ਹੁਕਮ ਹੈ, ਤੁਸੀਂ ਇਸ ਵਕਤ ਅੰਦਰ ਨਹੀਂ ਜਾ ਸਕਦੇ। ਲੜਾਈ ਦਾ ਮੂਡ ਚੇਂਜ ਹੋ ਗਿਆ, ਮੂਡ ਚੇਂਜ ਹੋ ਗਿਆ, ਗੱਲ ਇੱਥੇ ਤੱਕ ਆ ਗਈ ਹੈ, ਤਲਵਾਰਾਂ ਖਿੱਚ ਲਈਆਂ, ਅਸੀਂ ਅੰਦਰ ਜਾਵਾਂਗੇ, ਤਲਵਾਰਾਂ ਸਿੱਖਾਂ ਨੇ ਵੀ ਕੱਢਣੀਆਂ, ਕਹਿੰਦੇ ਜਾ ਕੇ ਦਿਖਾਓ। ਕੰਮ ਖਰਾਬ ਨਹੀਂ ਹੋ ਗਿਆ, ਸ਼ਰਧਾ ਦੀ ਗੱਲ ਕਿੱਥੇ ਆਣ ਪੁੱਜੀ ਹੈ। ਸਾਂਝੇ ਹਿੰਦੂ ਤੁਰਕਨ ਕੇਰੇ, ਸਿੱਖ ਸਮਾਨ ਮੁਰੀਦ ਕਨੇਰੇ। ਨਾਨਕ ਸਾਹਿਬ ਦੇ ਬਾਰੇ ਫਿਰ ਬਾਬਾ ਬੁੱਢਾ ਜੀ ਨੇ ਬੜਾ ਸੋਹਣਾ ਵਿਸਥਾਰ ਕੀਤਾ, ਕਹਿੰਦੇ ਗੁਰੂ ਨਾਨਕ ਸਾਹਿਬ ਜਿੰਨੇ ਸਿੱਖਾਂ ਦੇ ਸਾਂਝੇ ਉਨੇ ਮੁਸਲਮਾਨਾਂ ਦੇ ਸਾਂਝੇ, ਜਿੰਨੇ ਮੁਸਲਮਾਨਾਂ ਦੇ ਸਾਂਝੇ ਉਹਨੇ ਹਿੰਦੂਆਂ ਦੇ ਸਾਂਝੇ। ਇਹ ਤੇ ਅਸੀਂ ਕਿਹਾ ਹੀ ਨਹੀਂ ਵੀ ਗੁਰੂ ਨਾਨਕ ਇਕੱਲੇ ਸਾਡੇ ਤੇ ਤੁਸੀਂ ਅੰਦਰ ਨਹੀਂ ਜਾ ਸਕਦੇ, ਕਿੰਨੀ ਸੋਹਣੀ ਗੱਲ ਕੀਤੀ ਉਹਨੇ, ਸਿਆਣੇ ਨੇ ਨਾ ਫਿਰ, ਉਮਰ ਭਾਵੇਂ ਛੋਟੀ ਹੈ। ਕਹਿੰਦੇ ਇਹ ਨਹੀਂ ਅਸੀਂ ਆਖਿਆ ਵੀ ਗੁਰੂ ਨਾਨਕ ਇਕੱਲੇ ਸਿੱਖਾਂ ਦੇ ਸਾਡਾ ਹੀ ਕਬਜ਼ਾ ਹੈ, ਗੁਰੂ ਨਾਨਕ ਸ੍ਰਿਸ਼ਟੀ ਦੇ ਮਾਲਕ ਨੇ, ਸਮੁੱਚੀ ਕਾਇਨਾਤ ਦੇ, ਸਮੁੱਚੀ ਮਾਨਵਤਾ ਦੇ ਗੁਰੂ ਨੇ, ਤੁਹਾਡੇ ਪੀਰ ਨੇ ਸਾਡੇ ਗੁਰੂ ਨੇ, ਅਤੇ ਹਿੰਦੂਆਂ ਦੇ ਵੀ ਗੁਰੂ ਨੇ, ਪਰ ਹੁਕਮ ਹੁਣ ਪੀਰ ਦਾ ਹੋਇਆ ਅੰਦਰ ਕੋਈ ਨਾ ਆਵੇ, ਹੁਕਮ ਹੁਣ ਫਕੀਰ ਦਾ ਹੋਇਆ ਅੰਦਰ ਕੋਈ ਨਾ ਜਾਵੇ, ਹੁਕਮ ਅੱਜ ਸਤਿਗੁਰੂ ਦਾ ਹੋਇਆ ਕੋਈ ਸਿੱਖ ਨਾ ਆਵੇ। ਸਤਨਾਮ, ਇੰਨੀ ਸੋਹਣੀ ਗੱਲ ਕਰਦੀ ਹੈ, ਸਾਂਝੇ ਰਹਿਬਰ ਗੁਰੂ ਪੀਰ ਫਕੀਰ ਦਾ ਹੁਕਮ ਅੰਦਰ ਕੋਈ ਨਾ ਜਾਵੇ। ਆਖਿਰਕਾਰ ਬੈਠ ਗਏ ਸਾਰੇ, ਇੱਕ ਸਿਆਣੇ ਪੁਰਸ਼ ਦੀ ਇੱਕ ਗੱਲ ਨੇ ਤਲਖੀ ਖਤਮ ਕਰਤੀ ਨਾ, ਨਹੀਂ ਤੇ ਪੈ ਗਿਆ ਸੀ ਫਰਕ। ਉਹ ਕਹਿੰਦੇ ਸਾਡੇ ਗੁਰੂ, ਉਹ ਕਹਿੰਦੇ ਸਾਡੇ ਪੀਰ ਨੇ, ਸਾਨੂੰ ਰੋਕੋ, ਉਹ ਕਹਿੰਦੇ ਤੁਸੀਂ ਜਾ ਕੇ ਵਿਖਾਓ। ਪਰ ਬਾਬਾ ਬੁੱਢਾ ਜੀ ਨੇ ਬੜਾ ਪਿਆਰਾ ਬਚਨ ਆਖਿਆ, ਕਹਿੰਦੇ ਪੀਰ ਜੀ ਦਾ ਹੁਕਮ ਹੈ ਕੋਈ ਮਰੀਦ ਅੰਦਰ ਨਹੀਂ ਜਾ ਸਕਦਾ, ਗੁਰੂ ਜੀ ਦਾ ਹੁਕਮ ਹੈ ਕੋਈ ਸਿੱਖ ਅੰਦਰ ਨਹੀਂ ਜਾ ਸਕਦਾ, ਫਕੀਰ ਦਾ ਹੁਕਮ ਹੈ ਕੋਈ ਸੇਵਾਦਾਰ ਸੇਵਕ ਅੰਦਰ ਨਹੀਂ ਜਾ ਸਕਦਾ। ਬੈਠੋ, ਗੁਰਮਤਾ ਕਰੀਏ, ਗੁਰਮਤਾ ਗੁਰੂ ਦੀ ਮੱਤ ਦੇ ਮੁਤਾਬਕ ਵੀ ਜੋ ਸਤਿਗੁਰੂ ਕਹਿਣਗੇ ਉਹ ਹੀ ਕਰਾਂਗੇ। ਆਖੋ ਸਤਨਾਮ, ਨਾ ਕੋਈ ਪੀਰ ਦੀ ਮੰਨੇ, ਨਾ ਕੋਈ ਗੁਰੂ ਦੀ ਮੰਨੇ, ਸੰਗਤ ਗੁਰਮਤਾ ਕਰੋ, ਸਾਰੇ ਹਿੰਦੂ ਮੁਸਲਮਾਨ ਸਿੱਖ ਇਕੱਠੇ ਹੋ ਕੇ, ਕੀ ਪਰਦਾ ਚੁੱਕ ਦੇਣਾ ਚਾਹੀਦਾ ਜਾਂ ਨਹੀਂ, ਇਹ ਡਿਸਾਈਡ ਹੋ ਰਿਹਾ, ਸਮਾਂ ਸਮਾਪਤ। ਜਿਵੇਂ ਸਾਹਿਬ ਕਿਰਪਾ ਕਰਨਗੇ ਆਨੰਦ ਮਾਣਾਂਗੇ। ਵਾਹਿਗੁਰੂ ਵਾਹਿਗੁਰੂ।